अपना श्री वाहे गुरु जी पुरजा कट मरे कबहू न छाड़े खेत ਸਾਡੀ ਅਜਬ ਕਹਾਣੀ ਏ
ਸਿੱਖੀ ਦੇ ਲਈ ਮਰ ਮਿਟਣਾ ਸਾਡੀ ਅਜਬ ਕਹਾਣੀ ਏ ਓਏ ਅੰਮ੍ਰਿਤ ਦਾ ਘੁੱਟ ਪੀ ਕੇ ਜੀਣਾ ਰਾਜ ਖਾਲਸੇ ਦਾ ਅੰਮ੍ਰਿਤ ਦਾ ਘੁੱਟ ਪੀ ਕੇ ਜੀਣਾ ਰਾਜ ਖਾਲਸੇ ਦਾ ਦੁਨੀਆ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਦੁਨੀਆ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਹਰ ਜਾਣਾ ਹੈ ਇੱਕ ਦਿੱਲੀ ਕੀ ਲੱਖਾਂ ਦਿੱਲੀਆਂ ਨੇ ਹਰ ਜਾਣਾ ਹੈ ਦੇਸ਼ ਧਰੋਹੀ ਕੌਮ ਗਦਾਰਾਂ ਨੇ ਮਰ ਜਾਣਾ ਹੈ ਦੇਸ਼ ਧਰੋਹੀ ਕੌਮ ਗਦਾਰਾਂ ਨੇ ਮਰ ਜਾਣਾ ਹੈ ਤਖਤ ਦਿੱਲੀ ਦਾ ਹੋ ਕੇ ਰੂਮ ਤਾਜ ਖਾਲਸੇ ਦਾ ਦੁਨੀਆਂ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਦੁਨੀਆਂ ਦੇ ਵਿੱਚ ਹੋ ਕੇ ਰਹਿਣਾ ਹੀ ਕੌਮ ਜਗਾਵੇਗਾ ਸਿੱਖ ਧਰਮ ਬਚਾਉਣ ਲਈ ਇਨਕਲਾਬ ਲਿਆਵੇਗਾ ਸਿੱਖ ਧਰਮ ਬਚਾਉਣ ਲਈ ਇਨਕਲਾਬ ਲਿਆਵੇਗਾ ਗਹਿਣਿਆਂ ਦੀ ਥਾਂ ਛੱਤਰ ਹੋਊ ਰਾਜ ਖਾਲਸੇ ਦਾ ਗਹਿਣਿਆਂ ਦੀ ਥਾਂ ਛੱਤਰ ਹੋਊ ਤਾਜ ਖਾਲਸੇ ਦਾ ਦੁਨੀਆਂ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਦੁਨੀਆਂ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਕਿਰਪਾਨਾਂ ਢੋਲ ਨਗਾਰੇ ਗੂੰਜਣਗੇ ਢਾਲਾਂ ਤੇ ਕਿਰਪਾਨਾਂ ਢੋਲ ਨਗਾਰੇ ਗੂੰਜਣਗੇ ਦੁਨੀਆਂ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਦੁਨੀਆਂ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਦੁਨੀਆਂ ਦੇ ਵਿੱਚ ਹੋ ਕੇ ਰਹਿਣਾ ਰਾਜ ਖਾਲਸੇ ਦਾ ਹੋ ਸਰਬ ਲੋਹ ਦੇ ਬਾਟੇ ਚ ਨਿਰਮਲ ਜਲ ਪਾ ਕੇ ਫੇਰ ਫੇਰ ਖੰਡਾ ਯੌਰ ਖੰਡੇ ਦਾ ਵਿਖਾਇਆ ਗਿਆ ਸਰਬ ਲੋਹ ਦੇ ਬਾਟੇ ਚ ਨਿਰਮਲ ਜਲ ਪਾ ਕੇ ਫੇਰ ਫੇਰ ਖੰਡਾ ਯੌਰ ਖੰਡੇ ਦਾ ਵਿਖਾਇਆ ਗਿਆ ਗੁਰੂ ਦੇ ਮਹਿਲ ਆ ਕੇ ਬਾਟੇ ਚ ਪਤਾਸੇ ਪਾਏ ਸਮਝੋ ਮਿਠਾਸ ਨੂੰ ਸੀ ਜਲ ਚਰਲਾਇਆ ਗਿਆ ਫੇਰ ਪੰਜਾਂ ਸਾਹਮਣੇ ਜਪ ਜੀ ਦਾ ਪਾਠ ਕੀਤਾ ਇਹੋ ਇੱਕੋ ਨਾਮ ਅਕਾਲ ਦਾ ਧਿਆਇਆ ਗਿਆ ਪੜਿਆ ਜਾਂ ਜਾਪ ਸਾਹਿਬ ਸ਼ਕਤੀ ਬੇਅੰਤ ਆਈ ਫੇਰ ਸੀ ਵੈਰਾਗ ਲਈ ਸਵਈਆਂ ਨੂੰ ਸੁਣਾਇਆ ਗਿਆ ਖੁਸ਼ੀ ਖੇੜੇ ਵਾਸਤੇ ਪੜਿਆ ਆਨੰਦ ਸਾਹਿਬ ਨਿਮਰਤਾ ਦੇ ਵਾਸਤੇ ਹੈ ਚੌਪਈ ਨੂੰ ਗਾਇਆ ਗਿਆ ਭਗਤੀ ਤੇ ਸ਼ਕਤੀ ਇਕੱਠੀ ਕਰ ਇੱਕ ਜਗ੍ਹਾ ਇਉਂ ਖੰਡੇ ਤਾਰਦਾ ਸੀ ਅੰਮ੍ਰਿਤ ਛਕਾਇਆ ਗਿਆ ਲੱਖਾਂ ਚ ਖੜੋਤਾ ਫਿਰ ਸਿੰਘ
ਵੱਖਰਾ ਹੀ ਜਾਪਦਾ ਏ ਕੇਸਾਂ ਵਾਲੇ ਰੂਪ ਚ ਵਿਖਾਇਆ ਗਿਆ ਖਾਲਸਾ ਕੰਘਾ ਕੜਾ ਕਸ਼ ਅਤੇ ਕੇਸ ਕਿਰਪਾਨ ਦੇ ਕੇ ਦੂਰ ਕਰਹਿਤਾ ਤੋਂ ਹਟਾਇਆ ਗਿਆ ਖਾਲਸਾ ਵਾਹਿਗੁਰੂ ਦੇ ਨਾਮ ਬਿਨਾਂ ਡਰਦਾ ਨਹੀਂ ਕਿਸੇ ਕੋਲੋਂ ਮੌਤ ਨਾਲ ਹੋਵੇ ਜੋ ਵਿਆਹਿਆ ਗਿਆ ਖਾਲਸਾ ਇਹ ਜਪੀਏ ਤਪੀਏ ਹਠੀਏ ਰੀਸ ਕਿਸੇ ਕਰਨੀ ਕੀ ਜੱਗ ਵਿੱਚ ਮੰਨਿਆ ਸਲਾਹਿਆ ਗਿਆ ਖਾਲਸਾ ਸਮੇਂ ਦੀ ਮੰਗ ਸੀ ਮੌਜ ਪਰਮਾਤਮਾ ਦੀ ਤਦੇ ਵਿਸਾਖੀ ਤੇ ਸਜਾਇਆ ਗਿਆ ਖਾਲਸਾ ਆਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀਆਂ ਵੱਡੀਆਂ ਬਖਸ਼ਿਸ਼ਾਂ ਦੇ ਕੇ ਕੌਮ ਤੇ ਪੰਥ ਨੂੰ ਨਵਾਜਿਆ ਇੱਕ ਵਾਰੀ ਸਾਰੇ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਸਤਿਕਾਰ ਨਾਲ ਸੀ ਚੁਕਾ ਕੇ ਆਪਣੀ ਸੁਰਤ ਨੂੰ ਗੁਰੂ ਚਰਨਾਂ ਵਿੱਚ ਟਿਕਾ ਕੇ ਗੱਜ ਗਜਾ ਕੇ ਫਤਿਹ ਦੀ ਸਾਂਝ ਪਾਉਣੀ ਹੈ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਭਾਗ ਤਖਤੋਂ ਤਾਜ ਕਦੇ ਤਰਲਿਆਂ ਨਾਲ ਨਹੀਂ ਮਿਲਦੇ ਅੱਜ ਸਾਡੀ ਕੌਮ ਤੇ ਹੁਕਮਰਾਨਾਂ ਦੇ ਅੱਗੇ ਗੋਡੇ ਟੇਕ ਰਹੀ ਭੀਖ ਮੰਗ ਰਹੀ ਖਿਆਲ ਕਰੋ ਅਸਲ ਵਿੱਚ ਜੇ ਸਿੱਖੀ ਸਿਧਾਂਤ ਸਮਝੇ ਜਾਣ ਸਿੱਖੀ ਸਿਧਾਂਤਾਂ ਤੋਂ ਸੱਖਣੇ ਲੋਕ ਜਿਹੜੇ ਨੇ ਉਹ ਹਕੂਮਤ ਦੇ ਅੱਗੇ ਹੁਕਮਰਾਨਾਂ ਦੇ ਅੱਗੇ ਜ਼ਬਰ ਜ਼ੋਰ ਜ਼ੁਲਮ ਦੇ ਅੱਗੇ ਝੁਕਦੇ ਵੇਖੇ ਨੇ ਤੇ ਜਿਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਕੀ ਸਿਧਾਂਤ ਹੈ ਉਹੀ ਕੌਮ ਦਾ ਵਜੂਦ ਬਣਿਆ ਰਿਹਾ ਜਿਸ ਕੌਮ ਨੇ ਬੀਤੇ ਤੋਂ ਸਿੱਖਿਆ ਲਈ ਵਰਤਮਾਨ ਵਿੱਚ ਕੋਸ਼ਿਸ਼ ਕੀਤੀ ਭਵਿੱਖ ਨੂੰ ਸੰਭਾਲਣ ਦੀ ਵੀ ਕੌਮ ਦਾ ਭਵਿੱਖ ਕੀ ਹੋਵੇਗਾ ਕੌਮ ਦਾ ਭਵਿੱਖ ਵੇਖਦਿਆਂ ਹੋਇਆ ਇਹ ਸਮਾਗਮ ਹਰ ਸਾਲ ਰੱਖਿਆ ਜਾਂਦਾ ਹੈ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੈ ਮਹਾਨ ਦੋ ਰੋਜ਼ਾ ਗੁਰਮਤਿ ਸਮਾਗਮ ਹਰ ਸਾਲ ਤੁਹਾਡੇ ਉੱਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਵਰਤਦੀ ਹੈ ਪਿਆਰੀ ਖਿਆਲ ਕਰੋ ਬੜੀ ਵੱਡੀ ਗੱਲ ਹੈ ਦੁਨੀਆਂ ਤੇ ਜਿੰਨੀਆਂ ਵੀ ਕੌਮਾਂ ਨੇ ਜੇ ਉਹਨਾਂ ਦਾ ਵਜੂਦ ਬਣਿਆ ਰਿਹਾ ਤੇ ਉਹਨਾਂ ਕੌਮਾਂ ਦੇ ਜਿਹੜੇ ਪੈਰੋਕਾਰ ਸੀ ਜਾਂ ਧਾਰਮਿਕ ਆਗੂ ਸੀ ਉਹਨਾਂ ਨੇ ਬੀਤੇ ਤੋਂ ਸਿੱਖਿਆ ਲਈ ਜੋ ਬੀਤ ਚੁੱਕਾ ਸੀ ਸਮਾਂ ਜਿਹਨੂੰ ਭੂਤ ਕਾਲ ਕਹਿੰਦੇ ਉਹ ਤੋਂ ਸਿੱਖਿਆ ਲੈ ਕੇ ਵਰਤਮਾਨ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਸਾਡਾ ਕੌਮ ਦਾ ਜਿਹੜਾ ਇਸ ਵੇਲੇ ਵਰਤਮਾਨ ਦਾ ਸਮਾਂ ਚੱਲ ਰਿਹਾ ਹੈ ਨਾ ਜੇ ਵੇਖਿਆ ਜਾਏ ਤੇ ਬਹੁਤ ਘੱਟ ਗਿਣਤੀ ਹੈ ਸਾਰੂ ਸੋਚ ਰੱਖਣ ਵਾਲੇ ਜਿਹੜੇ ਨੇ ਬਹੁਤ ਘੱਟ ਗਿਣਤੀ ਵਿੱਚ ਹੈ ਜਿਹੜੇ ਕੌਮ ਦੇ ਭਵਿੱਖ ਵਾਸਤੇ ਸੋਚ ਰੱਖਦੇ ਹੋਣ ਬੀਤੇ ਤੋਂ ਸਿੱਖਿਆ ਲੈਂਦੇ ਹੁਣ ਤੇ ਵਰਤਮਾਨ ਦੇ ਵਿੱਚ ਕੋਸ਼ਿਸ਼ ਕਰਦਿਆਂ ਹੋਇਆ ਕੌਮ ਦੇ ਭਵਿੱਖ ਨੂੰ ਸਵਾਰਨ ਵਾਸਤੇ ਸ਼ਿੰਗਾਰਨ ਵਾਸਤੇ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜਦਿਆਂ ਹੋਇਆ ਉਹ ਕੌਮ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਜਿਉਂਦੇ ਨੇ ਉਹ ਗਿਣਤੀ ਘੱਟ ਹੈ ਬੜੇ ਦਾਨੇ ਸਿਆਣੇ ਸੂਝਵਾਨ ਸੱਜਣ ਸਨਮੁੱਖ ਹੈ ਇਹ ਤੁਹਾਡਾ ਹੁੰਗਾਰਾ ਮੇਰੇ ਵਾਸਤੇ ਬੜਾ ਵੱਡਾ ਬਲ ਹੈ ਸੱਜਣੋ ਤੁਸੀਂ ਦਾਨੇ ਸਿਆਣੇ ਸੱਜਣ ਬੈਠੇ ਹੋ ਗੁਰੂ ਦੀ ਬਖਸ਼ਿਸ਼ ਵਾਲੇ ਹੋ ਗਿਣਤੀ ਭਾਵੇਂ ਸੰਗਤ ਦੀ ਥੋੜ੍ਹੀ ਹੈ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਇੱਥੇ ਤੇ ਭਾਈ ਗੁਰਦਾਸ ਨੇ ਕਿਹਾ ਇੱਕ ਸਿੱਖ ਹੋਵੇ ਉਹਦਾ ਜੀਵਨ ਏਡਾ ਮਹਾਨ ਹੋਵੇ ਕਿ ਉਹਦੇ ਵੱਲ ਵੇਖ ਕੇ ਹੋਰ ਵੀ ਕਹਿਣ ਕੇ ਅਸਾਂ ਵੀ ਸਿੱਖ ਸੱਜਣਾ ਹੈ ਤੇ ਜਦੋਂ ਦੋ ਇਕੱਠੇ ਹੋ ਜਾਂਦੇ ਆ ਫਿਰ ਸਾਧ ਸੰਗਤ ਦਾ ਰੂਪ ਹੋ ਜਾਂਦੇ ਤੇ ਜਦੋਂ ਪੰਜ ਇਕੱਠੇ ਹੋ ਜਾਂਦੇ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਇੱਥੇ ਤੇ ਬੜੀ ਵੱਡੀ ਮਹਾਨਤਾ ਹੈ ਇੱਕ ਦੀ ਵੀ ਦੋਹਾਂ ਦੀ ਵੀ ਤੇ ਪੰਜਾਂ ਦੀ ਵੀ ਖਿਆਲ ਕਰੋ ਬਹੁਤ ਗਿਣਤੀ ਵਿੱਚ ਮੈਂ ਤੇ ਸਮਝਦਾ ਹਾਂ ਸਰੋਤੇ ਭਾਵੇਂ ਥੋੜ੍ਹੀ ਗਿਣਤੀ ਵਿੱਚ ਹੋਣ ਸੁਣਨ ਵਾਲੇ ਹੋਣ ਸਰੋਤੇ ਦਾ ਤੇ ਬਖਤੇ ਦਾ ਤਾਲਮੇਲ ਜਦੋਂ ਬਣਿਆ ਰਹਿੰਦਾ ਨਾ ਉਦੋਂ ਕਿਰਪਾ ਮਿਲਦੀ ਹੈ ਫਿਰ ਬਖਸ਼ਿਸ਼ ਮਿਲਦੀ ਹੈ ਇੱਕ ਵਾਰੀ ਸਾਰੇ ਸੰਗਤੀ ਰੂਪ ਵਿੱਚ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹਰ ਸਾਲ ਹੀ ਵੀਰਾਂ ਵੱਲੋਂ ਮੈਨੂੰ ਵੱਖਰਾ ਮਜ਼ਮੂਨ ਦਿੱਤਾ ਜਾਂਦਾ ਹੈ ਨਵਾਂ ਪ੍ਰਸੰਗ ਕਹਿਣ ਨੂੰ ਯਤਨ ਕਰਾਂਗਾ ਪਿਆਰਿਓ ਕਿ ਇਹ ਜੋ ਹੁਕਮ ਲਾਇਆ ਪ੍ਰਬੰਧਕ ਵੀਰਾਂ ਨੇ ਗੁਰਮੁਖ ਜਨਾਂ ਨੇ ਸਿੱਖ ਕੌਮ ਦੇ ਮਹਾਨ ਪੰਥ ਦੇ ਬਾਦਸ਼ਾਹ ਮੰਨੇ ਗਏ ਸੁਲਤਾਨ ਉਲ ਕੌਮ ਉਹਨਾਂ ਨੂੰ ਸੁਲਤਾਨ ਉਲ ਕੌਮ ਕਿਉਂ ਕਿਹਾ ਜਾਂਦਾ ਹੈ ਜੱਸਾ ਸਿੰਘ ਆਹਲੂਵਾਲੀਆ ਦਾ ਪ੍ਰਸੰਗ ਦਾਸ ਦੇ ਢਾਡੀ ਜਥੇ ਨੇ ਆਪ ਸੰਗਤ ਦੇ ਨਾਲ ਸਾਂਝਾ ਕਰਨਾ ਹੈ ਜਿਤਨਾ ਕਿ ਇਤਿਹਾਸ ਨੂੰ ਪੜ੍ਹਿਆ ਵਿਚਾਰਿਆ ਮੇਰਾ ਕੋਈ ਦਾਅਵਾ ਨਹੀਂ ਹੈ ਫਿਰ ਵੀ ਇਤਿਹਾਸ ਵਿੱਚੋਂ ਜੋ ਪੜ੍ਹਿਆ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰ ਦੇਣਾ ਮੈਂ ਜ਼ਿਕਰ ਕਰ ਰਿਹਾ ਸੀ ਰਾਜ ਭਾਗ ਤਖਤੋਂ ਤਾਜ ਕਦੇ ਤਰਲਿਆਂ ਨਾਲ ਨਹੀਂ ਮਿਲਦੇ ਕੌਮ ਦੇ ਜਰਨੈਲਾਂ ਨੂੰ ਹਿੱਟ ਦੇ ਜ਼ੋਰ ਨਾਲ ਰਣ ਤੱਤੇ ਵਿੱਚ ਜੂਝਣਾ ਪੈਂਦਾ ਹੈ ਕੌਮ ਦੇ ਅਣਖੀ ਮਰਦ ਦਲੇਰਾਂ ਨੂੰ ਸਿਰ ਧੜਦੀਆਂ ਬਾਜ਼ੀਆਂ ਲਾਉਣੀਆਂ ਪੈਂਦੀਆਂ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਹ ਸਿਧਾਂਤ ਸੀ ਮੀਰੀ ਪੀਰੀ ਦਾ ਜਿਹੜਾ ਸਿੱਖ ਕੌਮ ਦੇ ਝੋਲੀ ਵਿੱਚ ਪਾਇਆ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜੀਵਨ ਦੇ ਵੱਡੇ ਚਾਰ ਧਰਮ ਯੁੱਧ ਨੇ ਜਦੋਂ ਤੁਸੀਂ ਇਹਨਾਂ ਧਰਮ ਯੁੱਧਾਂ ਵੱਲ ਵੇਖੋਗੇ ਨਾ ਪਿਆਰਿਓ
ਬੜੇ ਵੱਡੇ ਵੱਡੇ ਯੋਧੇ ਸੂਰਮੇ ਹੋਏ ਜਿਨ੍ਹਾਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪਣਾ ਸਭ ਕੁਝ ਸਤਿਗੁਰੂ ਦੇ ਚਰਨਾਂ ਤੋਂ ਕੁਰਬਾਨ ਕਰਨ ਵਾਸਤੇ ਭੇਟਾ ਕਰ ਦਿੱਤਾ। ਜਦੋਂ ਸਿੱਖ ਫੌਜਾਂ ਦੇ ਜਰਨੈਲਾਂ ਵੱਲ ਵੇਖੋਗੇ ਨਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਹੜੀ ਫੌਜ ਸਾਜੀ ਹੈ ਉਸ ਫੌਜ ਦੇ ਕੁਝ ਇੱਕ ਜਰਨੈਲ ਹੋਏ ਨੇ, ਉਹਨਾਂ ਜਰਨੈਲਾਂ ਦੇ ਵਿੱਚੋਂ ਇੱਕ ਨਾਂ ਹੈ ਜਰਨੈਲ ਦਾ ਭਾਈ ਸੈਨਾ ਸਿੰਘ ਹੋਇਆ ਜਰਨੈਲ। ਖਿਆਲ ਕਰੋ ਜੱਸਾ ਸਿੰਘ ਆਹਲੂਵਾਲੀਏ ਦਾ ਪੁਰਾਤਨ ਪਿੱਛਾ ਜਿਹੜਾ ਪਿਛੋਕੜ ਜਿਹੜਾ ਹੈ ਵੱਡਿਆਂ ਦਾ, ਜੇ ਸਮਝਿਆ ਜਾਏ ਤੇ ਇਹ ਆਪਣੇ ਖਾਨਦਾਨ ਨੂੰ, ਜਿਹੜੇ ਆਹਲੂਵਾਲੀਏ ਸਰਦਾਰ ਨੇ ਨਾ, ਇਹ ਆਪਣੇ ਖਾਨਦਾਨ ਨੂੰ ਪੱਟੀ ਰਾਜਪੂਤਾਂ ਨਾਲ ਮਿਲਦੇ ਨੇ ਤੇ ਰਾਜਪੂਤਾਂ ਦੇ ਜਿੰਨੇ ਨਾਂ ਸੀ ਉਹਨਾਂ ਦੇ ਨਾਲ ਵੀ ਸਿੰਘ ਸ਼ਬਦ ਪਹਿਲਾਂ ਤੋਂ ਜੁੜਿਆ ਹੋਇਆ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਇੱਕ ਜਰਨੈਲ ਹੋਇਆ ਜਿਹਦਾ ਨਾਂ ਹੋਇਆ ਭਾਈ ਸੈਨਾ ਸਿੰਘ। ਬੜਾ ਬਹਾਦਰ ਸੀ, ਬੜਾ ਸੂਰਮਾ ਸੀ, ਬੜਾ ਯੋਧਾ ਸੀ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ, ਸਤਿਗੁਰੂ ਪਾਤਸ਼ਾਹ ਨੇ ਵੇਖਿਆ ਬੜਾ ਤੇਜ਼ ਤਰਾਰ ਹੈ, ਇਹਨੂੰ ਫੌਜ ਦਾ ਜਰਨੈਲ ਥਾਪ ਦਿੱਤਾ। ਏਡੀਆਂ ਵੱਡੀਆਂ ਬਖਸ਼ਿਸ਼ਾਂ ਲਈਆਂ ਤੇ ਫਿਰ ਭਾਈ ਸੈਨਾ ਸਿੰਘ ਦਾ ਇੱਕ ਪੁੱਤਰ ਹੋਇਆ, ਉਹਦਾ ਨਾਂ ਇਤਿਹਾਸਕਾਰਾਂ ਨੇ ਲਿਖਿਆ ਵਧਾਵਾ ਸਿੰਘ। ਇਹ ਪਿਓ ਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਫੌਜ ਦੇ ਵਿੱਚ ਜੂਝਦੇ ਰਹੇ ਨੇ, ਅੱਗੇ ਵੱਧ ਕੇ ਤੇਗਾ ਮਾਰਦੇ ਰਹੇ। ਖਿਆਲ ਕਰੋ ਹੁਣ ਪ੍ਰਸੰਗ ਸ਼ੁਰੂ ਹੋ ਚੁੱਕਾ ਹੈ, ਥੋੜੀ ਜਿਹੀ ਮੈਂ ਬੰਸਾਵਲੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ। ਭਾਵੇਂ ਪਿਛੋਕੜ ਪੱਟੀ ਰਾਜਪੂਤਾਂ ਦੇ ਖਾਨਦਾਨ ਦੀ ਗੱਲ ਚੱਲਦੀ ਹੈ ਇਹਨਾਂ ਦਾ, ਪਰ ਇਹਨਾਂ ਦਾ ਸੰਬੰਧ ਗੁਰੂ ਪਾਤਸ਼ਾਹ ਦੇ ਨਾਲ, ਸਿੱਖ ਕੌਮ ਤੇ ਪੰਥ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਜੁੜਦਾ ਹੈ। ਜੱਸਾ ਸਿੰਘ ਆਹਲੂਵਾਲੀਏ ਦਾ ਜਿਹੜਾ ਪਿਛੋਕੜ ਹੈ, ਇਹਨਾਂ ਦਾ ਖਾਨਦਾਨ ਜਿਹੜਾ ਹੈ ਉਹ ਭਾਵੇਂ ਪੱਟੀ ਰਾਜਪੂਤਾਂ ਨਾਲ ਮਿਲਦਾ ਹੈ, ਪਰ ਛੇਵੇਂ ਪਾਤਸ਼ਾਹ ਵੇਲੇ ਇਹਨਾਂ ਦਾ ਸੰਬੰਧ ਜੁੜਿਆ ਸਿੱਖ ਕੌਮ ਤੇ ਪੰਥ ਦੇ ਨਾਲ। ਭਾਈ ਸੈਨਾ ਸਿੰਘ ਦਾ ਪੁੱਤਰ ਹੋਇਆ ਭਾਈ ਵਧਾਵਾ ਸਿੰਘ, ਵਧਾਵਾ ਸਿੰਘ ਦਾ ਇੱਕ ਪੁੱਤਰ ਹੋਇਆ ਜਿਹਦਾ ਨਾਂ ਹੈ ਭਾਈ ਗੰਢਾ ਸਿੰਘ। ਖਿਆਲ ਕਰੋ ਇਹ ਉਹ ਭਾਈ ਗੰਢਾ ਸਿੰਘ ਹੈ ਜਿਹਨੇ ਲਾਹੌਰ ਨੂੰ 2-3 ਵਾਰ ਫਤਿਹ ਕਰ ਲਿਆ ਸੀ। ਉਸ ਵੇਲੇ ਸਮਾਂ ਐਸਾ ਸੀ, ਭਾਵੇਂ ਮੁਗਲਾਂ ਦਾ ਰਾਜ ਸੀ ਆ, ਪਰ ਫਿਰ ਵੀ ਇਹਨੇ ਫਤਿਹ ਕਰ ਲਿਆ ਸੀ ਲਾਹੌਰ ਨੂੰ। ਹਾਕਮ ਸੀ ਦਿਲਾਵਰ ਖਾਨ, ਉਹਨੇ ਬੜਾ ਯਤਨ ਕੀਤਾ ਬਈ ਗੰਢਾ ਸਿੰਘ ਦੀ ਤਾਕਤ ਨੂੰ ਫਨਾ ਕੀਤਾ ਜਾਏ, ਘੇਰੇ ਵਿੱਚ ਲੈ ਕੇ ਇਹਨੂੰ ਮਾਰਿਆ ਜਾਏ, ਪਰ ਐਸਾ ਤੇਜ਼ ਤਰਾਰ ਸੀ ਭਾਈ ਗੰਢਾ ਸਿੰਘ, ਉਹਦੇ ਕਾਬੂ ਨਹੀਂ ਆਇਆ। ਤੇ ਫਿਰ ਕਹਿੰਦੇ ਸ਼ਾਹੀ ਫੌਜ ਦੇ ਵੱਲੋਂ ਹੋ ਕੇ ਜਦੋਂ ਭਾਈ ਗੰਢਾ ਸਿੰਘ ਜੀ ਲੜੇ ਨਾ, ਉਹਦੀ ਬਹਾਦਰੀ ਵੱਲ ਵੇਖ ਕੇ ਦਿਲਾਵਰ ਖਾਨ ਨੇ 5 ਪਿੰਡ ਜਿਹੜੇ ਨੇ, 5 ਪਿੰਡ ਇਹਦੀ ਜ਼ਗੀਰ ਬਣਾ ਦਿੱਤੇ। ਉਹ 5 ਪਿੰਡ ਕਿਹੜੇ ਨੇ? ਉਹਨਾਂ ਪਿੰਡਾਂ ਵਿੱਚੋਂ ਇੱਕ ਪਿੰਡ ਦਾ ਨਾਂ ਹੈ ਆਲੂ, ਇੱਕ ਪਿੰਡ ਦਾ ਨਾਂ ਹੈ ਹੱਲੋ, ਇੱਕ ਪਿੰਡ ਦਾ ਨਾਂ ਹੈ ਸਾਧੂ, ਇੱਕ ਪਿੰਡ ਦਾ ਨਾਂ ਹੈ ਚੱਕ, ਤੇ 5ਵੇਂ ਪਿੰਡ ਦਾ ਨਾਂ ਹੈ ਤੂਰ। ਇਹ 5 ਪਿੰਡਾਂ ਦਾ ਜ਼ਿਮੀਂਦਾਰਾ ਜਿਹੜਾ ਹੈ ਨਾ, ਇਹ ਦਿਲਾਵਰ ਖਾਨ ਨੇ ਆਹਲੂਵਾਲੀਏ ਸਰਦਾਰ ਜਿਹੜੇ ਇਹਨਾਂ ਦੇ ਵੱਡੇ ਹੋਏ ਨੇ ਪਿਆਰਿਓ ਭਾਈ ਗੰਢਾ ਸਿੰਘ ਜੀ, ਇਹਨਾਂ ਨੂੰ ਸੌਂਪ ਦਿੱਤਾ ਹੈ। ਤੇ ਭਾਈ ਗੰਢਾ ਸਿੰਘ ਦਾ ਇੱਕ ਪੁੱਤਰ ਹੋਇਆ ਜਿਹਦਾ ਨਾਂ ਇਤਿਹਾਸ ਨੇ ਦੱਸਿਆ ਭਾਈ ਸਾਧੂ ਸਿੰਘ ਜੀ। ਇਹ ਵੀ ਬੜਾ ਬਲੀ ਹੋਇਆ ਹੈ, ਸੂਰ ਬੀਰ ਬਚਨ ਕੇ ਬਲੀ, ਜਿਹਨਾਂ ਦੇ ਪਿੱਛੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਹੱਥ ਹੋਵੇ ਉਹ ਕਦੋਂ ਕਿਸੇ ਦੀ ਪਰਵਾਹ ਕਰਦੇ ਆ ਪਿਆਰਿਓ। ਤੇ ਭਾਈ ਸਾਧੂ ਸਿੰਘ ਦਾ ਸੰਬੰਧ ਜੁੜਦਾ ਹੈ ਪਿਆਰਿਓ ਪਰਿਵਾਰ ਕਰਕੇ, ਰਿਸ਼ਤੇਦਾਰੀ ਕਰਕੇ ਕਲਾਲਾਂ ਦੇ ਨਾਲ। ਕਲਾਲ ਇੱਕ ਬਰਾਦਰੀ ਦਾ ਨਾਂ ਹੈ, ਕਲਾਲਾਂ ਬਰਾਦਰੀ ਵਿੱਚੋਂ ਇੱਕ ਕੁੜੀ ਨਾਲ ਇਹਦਾ ਵਿਆਹ ਹੋਇਆ, ਸ਼ਾਦੀ ਹੋਈ। ਇਸ ਕਰਕੇ ਜੱਸਾ ਸਿੰਘ ਆਹਲੂਵਾਲੀਏ ਦੇ ਨਾਂ ਨਾਲ ਕਲਾਲ ਸ਼ਬਦ ਵੀ ਜੁੜਿਆ, ਕਿਉਂਕਿ ਭਾਈ ਸਾਧੂ ਸਿੰਘ ਜਿਹੜੇ ਸੀ ਆ ਉਹ ਕਲਾਲ ਬਰਾਦਰੀ ਦੇ ਵਿੱਚ ਵਿਆਹੇ ਗਏ। ਤੇ ਭਾਈ ਸਾਧੂ ਸਿੰਘ ਦੇ ਘਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਬਈ 4 ਪੁੱਤਰ ਪੈਦਾ ਹੋਏ। ਕਈ ਇਤਿਹਾਸਕਾਰਾਂ ਨੇ ਇੱਥੇ ਜ਼ਿਕਰ ਕੀਤਾ ਹੈ ਬਈ ਭਾਈ ਹੇਮੂ ਜੀ, ਭਾਈ ਸਿਕੰਦਰ ਜੀ, ਭਾਈ ਪਾਵਾ ਜੀ ਔਰ ਭਾਈ ਗੋਪਾਲਾ ਜੀ। ਇਹ ਭਾਈ ਸਾਧੂ ਸਿੰਘ ਦਾ ਪੁੱਤਰ ਅੱਗੇ ਭਾਈ ਗੋਪਾਲਾ ਹੋਇਆ ਹੈ, ਗੋਪਾਲੇ ਦਾ ਪੋਤਰਾ ਸੀ ਭਾਈ ਦੇਵਾ ਸਿੰਘ। ਤੇ ਭਾਈ ਦੇਵਾ ਸਿੰਘ ਦੇ ਘਰੇ ਜੱਸਾ ਸਿੰਘ ਆਹਲੂਵਾਲੀਏ ਸਰਦਾਰ ਨੇ ਜਨਮ ਲਿਆ। ਇਹ 3 ਸੀ ਪੁੱਤਰ, ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ। ਪਿਆਰਿਓ ਇਹ ਦੇਵਾ ਸਿੰਘ ਦਾ ਪੋਤਰਾ ਖਵਾਇਆ ਜੱਸਾ ਸਿੰਘ ਆਹਲੂਵਾਲੀਆ। ਮੈਂ ਜ਼ਿਕਰ ਕਰਨ ਲੱਗਾ ਹੈ ਕਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਇਹਨਾਂ ਦੇ ਜੀਵਨ ਵਿੱਚ ਬਖਸ਼ਿਸ਼ਾਂ ਵਰਤੀਆਂ। ਇੱਕ ਵਾਰੀ ਸਾਰੇ ਮਿਲ ਕੇ ਸੰਗਤੀ ਰੂਪ ਵਿੱਚ ਰਸਨਾ ਕਰੋ, ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖਿਆਲ ਕਰੋ ਇਹ ਸੂਰਬੀਰ ਬਹਾਦਰ ਯੋਧਿਆਂ ਦੀ ਬੰਸਾਵਲੀ ਹੈ, ਉਹ ਇਤਿਹਾਸ ਤੁਹਾਡੀ ਨਜ਼ਰ ਮੈਂ ਕਰ ਰਿਹਾ ਹਾਂ, ਜਿਹਦੇ ਵੱਡਿਆਂ ਨੇ ਵੀ ਬੜੀਆਂ ਵੱਡੀਆਂ ਤੇਗਾਂ ਮਾਰੀਆਂ ਤੇ ਫਿਰ ਵਿਰਾਸਤ ਵਿੱਚ ਵਿਰਸੇ ਵਿੱਚ ਮਿਲਿਆ ਹੋਇਆ ਧਰਮ ਯੁੱਧ ਦਾ ਸਿਧਾਂਤ ਜਿਹੜਾ ਸੀ ਇਹਨੂੰ ਅਗਾਂਹ ਚੱਲਦੇ ਰੱਖਿਆ ਹੈ। ਕਹਿੰਦੇ ਨੇ ਕਿ ਸਦਰ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ, ਪਿਛਲੀ ਉਮਰ ਹੋ ਗਈ ਹੈ, ਤੇ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ ਭਾਈ ਸਦਰ ਸਿੰਘ ਜੀ।
ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਰਬਾਰ ਸਜਾ ਕੇ ਬੈਠੇ ਨੇ, ਜਿੰਨੇ ਵੀ ਗੁਰਸਿੱਖ ਪਿਆਰੇ ਆ ਰਹੇ ਬਖਸ਼ਿਸ਼ਾਂ ਨੂੰ ਪਾ ਰਹੇ ਹੈ। ਤੇ ਭਾਈ ਸਦਰ ਸਿੰਘ ਦਾ ਇਹੋ ਜਿਹਾ ਮਹਾਨ ਜੀਵਨ ਸੀ ਪਿਆਰਿਓ, ਉਹਦਾ ਆਪਣਾ ਹੀ ਜੀਵਨ ਮਹਾਨ ਨਹੀਂ, ਉਹਦੀ ਧਰਮ ਸਪਤਨੀ ਦਾ ਨਾਂ ਇਤਿਹਾਸ ਵਿੱਚੋਂ ਪੜ੍ਹਨ ਨੂੰ ਨਹੀਂ ਮਿਲਦਾ, ਪਰ ਇਹ ਜ਼ਰੂਰ ਦੱਸਿਆ ਜਾਂਦਾ ਹੈ ਕਿ ਐਸੀ ਧਰਮੀ ਔਰਤ ਸੀ ਉਹ, ਜਿਹਨੇ ਐਸਾ ਧਰਮ ਨੂੰ ਕਮਾਇਆ ਹੈ, ਸਿੱਖ ਸੰਗਤ ਦੀ ਐਸੀ ਮਹਾਨ ਸੇਵਾ ਕੀਤੀ ਹੈ ਕਿ ਉਸ ਸੇਵਾ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਨੂੰ ਉਹਨਾਂ ਨੇ ਪਾ ਲਿਆ। ਅਨੰਦਪੁਰ ਸਾਹਿਬ ਜਾ ਕੇ ਇਸ ਜੋੜੇ ਨੇ ਸੰਗਤ ਦੀ ਸੇਵਾ ਕੀਤੀ ਹੈ। ਅਸੀਂ ਸੇਵਾ ਕਰਦੇ ਹਾਂ, ਸੇਵਾ ਥੋੜ੍ਹੀ ਮੰਗਣ ਬਹੁਤਾ, ਸੇਵਾ ਥੋੜ੍ਹੀ ਹੁੰਦੀ ਹੈ, ਮੰਗਦੇ ਜ਼ਿਆਦਾ ਕੁਝ, ਖਿਆਲ ਕਰੋ। ਪਰ ਐਸੇ ਵੀ ਕੁਝ ਸਿੱਖ ਹੋਏ ਨੇ ਜਿਹੜੇ ਸੇਵਾ ਨੂੰ ਸਮਰਪਿਤ ਹੋ ਕੇ ਤੇ ਨਾ ਮੰਗਣ ਦੀ ਇੱਛਾ ਰੱਖਦੇ, ਇਸ ਭਰੋਸੇ ਤੇ ਟਿਕੇ ਹੋਏ ਆ, ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਕਹਿੰਦੇ ਨੇ ਜੇ ਗੁਰੂ ਸਮਰੱਥ ਬਿਨ ਬੋਲਿਆ ਜਾਣਦਾ ਤੇ ਇੱਕ ਦਿਨ ਜਿੱਦਣ ਉਹਨੇ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਹੈ, ਆਪ ਹੀ ਕਹਿ ਦੇਣਾ ਹੈ। ਇਸ ਭਰੋਸੇ ਨਾਲ ਸੰਗਤ ਦੀ ਸੇਵਾ ਕਰ ਰਹੇ ਨੇ ਦੋਵੇਂ ਜੀ। ਲਓ ਪਿਆਰੇ, ਇੱਕ ਦਿਨ ਸਜਿਆ ਇਹ ਦਰਬਾਰ ਦਸ਼ਮੇਸ਼ ਪਿਤਾ ਦਾ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ, ਬਾਜਾ ਤਖਤਾਂ ਤਾਜਾਂ ਵਾਲੇ ਕਲਗੀਆਂ ਵਾਲੇ ਮੇਰੇ ਸ਼ਹਿਨਸ਼ਾਹ, ਆਵਾਜ਼ ਮਾਰਦੇ ਨੇ ਭਾਈ ਬਦਰ ਸਿੰਘ ਨੂੰ। ਭਾਈ ਬਦਰ ਸਿੰਘ ਨੂੰ ਕੋਲ ਬੁਲਾਇਆ, ਪੁੱਛਿਆ ਐਡੀ ਮਹਾਨ ਸੇਵਾ ਕੀਤੀ ਹੈ ਸਿੱਖਾ, ਇੱਥੇ ਤੇ ਸਿੱਖ ਸੇਵਾ ਥੋੜੀ ਕਰਦੇ, ਮੰਗਦੇ ਬਹੁਤਾ ਕੁਝ ਨੇ, ਤੇ ਅਜੇ ਤੱਕ ਕੁਝ ਮੰਗਿਆ ਕਿਉਂ ਨਹੀਂ? ਲਓ ਪਿਆਰਿਓ, ਉਸ ਵੇਲੇ ਦੋਵੇਂ ਹੱਥ ਜੁੜ ਗਏ, ਗਲ ਵਿੱਚ ਪੱਲਾ ਪਾਇਆ ਹੈ, ਇਸ ਸੁਭਾਗੇ ਜੋੜੇ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚੋਂ ਕਿਹੜੀ ਬਖਸ਼ਿਸ਼ ਨੂੰ ਪਾਇਆ ਹੈ? ਕਹਿੰਦੇ ਜਦੋਂ ਕਿਹਾ ਪੁੱਤਰ ਦੀ ਦਾਤ ਚਾਹੀਦੀ ਹੈ, ਤੇ ਦਸ਼ਮੇਸ਼ ਪਿਤਾ ਨੇ ਕੁਝ ਬਚਨ ਕਹੇ ਨੇ, ਇੱਥੋਂ ਆਰੰਭਤਾ ਹੋ ਗਈ ਹੈ ਕਿ ਜੱਸਾ ਸਿੰਘ ਆਲੂ ਵਾਲੀਏ ਦੇ ਨਾਂ ਨਾਲ ਬਹੁਤ ਸਾਰੇ ਲਕਮ ਜੁੜੇ ਹੋਏ ਨੇ, ਉਹਨਾਂ ਨੂੰ ਬੰਦੀ ਛੋੜ ਵੀ ਪੰਥ ਨੇ ਕਿਹਾ, ਭਾਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੰਦੀ ਛੋੜ ਕਿਹਾ ਗਿਆ, ਪਰ ਕਦੇ ਇਤਿਹਾਸ ਨੂੰ ਪੜ੍ਹ ਕੇ ਦੇਖੋ, 2200 ਟੱਕਾਂ ਅਬਦਾਲੀ ਦੇ ਕਬਜ਼ੇ ਵਿੱਚੋਂ ਛੁਡਾ ਕੇ ਘਰੋ ਘਰੀ ਜਦੋਂ ਪਹੁੰਚਾਈਆਂ ਗਈਆਂ ਹਨ, ਤੇ ਪੰਥ ਵੱਲੋਂ ਮੰਨੇ ਗਏ ਬਾਦਸ਼ਾਹ ਪਾਤਸ਼ਾਹ ਜੱਸਾ ਸਿੰਘ ਆਲੂ ਵਾਲੀਆ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਹੈ, ਉਹਨੂੰ ਗੁਰੂ ਕਾ ਲਾਲ ਕਿਹਾ ਜਾਂਦਾ ਹੈ, ਉਹਨੂੰ ਪੁਤਰੈਲਾ ਪੁੱਤਰ ਕਿਹਾ ਜਾਂਦਾ ਹੈ ਮਾਤਾ ਸੁੰਦਰ ਕੌਰ ਦਾ, ਉਹਨੂੰ ਧਰਮੀ ਪੁੱਤਰ ਕਿਹਾ ਜਾਂਦਾ ਹੈ ਨਵਾਬ ਕਪੂਰ ਸਿੰਘ ਦਾ। ਲਓ ਪਿਆਰਿਓ, ਸ਼ੁਰੂਆਤ ਹੋਣ ਲੱਗੀ ਹੈ। ਮੇਰਾ ਵੀ ਚਾਹੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੋਵਾਂ ਜੀਆਂ ਉੱਤੇ ਕਿਰਪਾ ਕਰਦਿਆਂ ਹੋਇਆਂ ਅਸੀਸ ਰੂਪੀ ਬਚਨ ਆਪਣੇ ਮਖਾਰ ਬਿੰਦ ਹੋਵੇਗਾ, ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ। ਕਲਗੀਧਰ ਦਸ਼ਮੇਸ਼ ਪਿਤਾ ਮੇਰਾ ਵਿੱਚ ਆਏ ਨੇ, ਕਲਗੀਧਰ ਦਸ਼ਮੇਸ਼ ਪਿਤਾ ਮੇਰਾ ਵਿੱਚ ਆਏ ਨੇ, ਚੋਜੀ ਪ੍ਰੀਤਮ ਪਿਆਰੇ ਇਹ ਮੁੱਖੋਂ ਫਰਮਾਏ ਨੇ, ਚੋਜੀ ਪ੍ਰੀਤਮ ਪਿਆਰੇ ਇਹ ਮੁੱਖੋਂ ਫਰਮਾਏ ਨੇ, ਪੁੱਤਰ ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ। ਕਰਦਾ ਰਹੂ ਗਵਾਹੀ, ਉਹ ਪੰਥ ਖਾਲਸੇ ਵਾਲੀ ਕਰਦਾ ਰਹੂ ਗਵਾਹੀ, ਉਹ ਸਿੱਖ ਕੌਮ ਦੀਆਂ ਉੱਚੀਆਂ ਹਛਾਨਾ ਕਰ ਦਿਖਲਾਵੇਗਾ, ਸਿੱਖ ਕੌਮ ਦੀਆਂ ਉੱਚੀਆਂ ਹਛਾਨਾ ਕਰ ਦਿਖਲਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ।
ਸ਼ਸਤਰਧਾਰੀ ਹੋ ਕੇ ਉਹ ਜੰਗ ਦਾ ਅਸਵਾਰ ਬਣੋ, ਸ਼ਸਤਰਧਾਰੀ ਹੋ ਕੇ ਉਹ ਜੰਗ ਦਾ ਅਸਵਾਰ ਬਣੋ, ਪੰਥ ਮੇਰੇ ਦਾ ਆਗੂ ਉਹ ਜੋਧਾ ਜਥੇਦਾਰ ਬਣੋ, ਪੰਥ ਮੇਰੇ ਦਾ ਆਗੂ ਉਹ ਜੋਧਾ ਜਥੇਦਾਰ ਬਣੋ। ਪੁੱਤਰ ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ। ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ, ਹੋਵੇਗਾ ਇੱਕ ਪੁੱਤਰ ਗੁਰੂ ਦਾ ਲਾਲ ਕਹਾਵੇਗਾ। ਜਦੋਂ ਜੱਸਾ ਸਿੰਘ ਆਲੂ ਵਾਲੀਏ ਦਾ ਪ੍ਰਸੰਗ ਜਾਂ ਕੋਈ ਇਤਿਹਾਸ ਤੁਸੀਂ ਪੜੋਗੇ ਨਾ, ਕੋਈ ਕਿਤਾਬ ਉਸ ਮਹਾਨ ਯੋਧੇ ਦੇ ਜੀਵਨ ਤੇ ਲਿਖੀ ਹੋਈ, ਇੱਕ ਸ਼ਬਦ ਤੁਹਾਨੂੰ ਇਹ ਮਿਲੇਗਾ। ਇਹ ਦਸ਼ਮੇਸ਼ ਪਿਤਾ ਦਾ ਦਿੱਤਾ ਹੋਇਆ ਸ਼ਬਦ ਹੈ ਕਿ ਦੋਵਾਂ ਇਹਨਾਂ ਨੂੰ ਸਦਰ ਸਿੰਘ ਤੇ ਉਹਨਾਂ ਦੀ ਧਰਮ ਸੁਪਤਨੀ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਨੇ ਅਸੀਸ ਦਿੱਤੀ। ਕਹਿੰਦੇ ਤੁਹਾਡੇ ਘਰ ਵਿੱਚ ਐਸਾ ਵੀਰ ਬਹਾਦਰ ਯੋਧਾ ਪੁੱਤਰ ਪੈਦਾ ਹੋਵੇਗਾ ਜਿਹਨੂੰ ਕੌਮ ਨੇ, ਪੰਥ ਨੇ ਕਹਿਣਾ ਹੈ ਕਿ ਉਹ ਮਹਾਨ ਕੌਮ ਦਾ ਜਥੇਦਾਰ ਹੈ। ਜਿੱਥੇ ਉਹ ਕੌਮ ਪੰਥ ਦਾ ਮਹਾਨ ਜਥੇਦਾਰ ਬਣੇਗਾ ਉੱਥੇ ਉਹ ਸਾਡਾ ਲਾਲ ਵੀ ਹੋਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਕਾ ਲਾਲ ਸ਼ਬਦ ਇਤਿਹਾਸ ਵਿੱਚੋਂ ਪੜ੍ਹਨ ਨੂੰ ਮਿਲਦੇ ਨੇ ਤੇ ਇਹ ਸ਼ਬਦ ਜੱਸਾ ਸਿੰਘ ਆਲੂ ਵਾਲੀਏ ਵਾਸਤੇ ਨੇ ਕਿ ਕਲਗੀਧਰ ਪਾਤਸ਼ਾਹ ਨੇ ਕਿਹਾ ਜਿਹੜਾ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ ਉਹ ਗੁਰੂ ਕਾ ਲਾਲ ਹੋਵੇਗਾ। ਵੈਸੇ ਤੇ ਸਾਰੇ ਆਪਾਂ ਗੁਰੂ ਦੀ ਬਖਸ਼ਿਸ਼ ਵਾਲੇ ਆ, ਪਰ ਜਿਹੜੇ ਬਚਨ ਹੁੰਦੇ ਆ ਪਿਆਰੇ ਦਸ਼ਮੇਸ਼ ਪਿਤਾ ਦੀ ਜ਼ਬਾਨ ਤੋਂ, ਮੁਖਾਰਬਿੰਦ ਤੋਂ ਨਿਕਲੇ ਹੋਏ ਬੋਲ ਜਿਹੜੇ ਆ, ਉਹਨਾਂ ਬੋਲਾਂ ਦੀ ਬਰਕਤ ਹੀ ਫਿਰ ਅੱਗੇ ਵੇਖਣ ਨੂੰ ਮਿਲੀ ਹੈ ਜੱਸਾ ਸਿੰਘ ਆਲੂ ਵਾਲੀਏ ਦਾ ਜੀਵਨ ਜਿਹੜਾ ਹੈ। ਖਿਆਲ ਕਰੋ ਕੁਝ ਸਮਾਂ ਫਿਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਇਹਨਾਂ ਨੇ ਮਹਾਨ ਸੇਵਾ ਨਿਭਾਈ, ਵਾਪਸ ਆ ਗਏ। ਇਹਨਾਂ ਦੇ ਵੱਡੇ ਸਰਦਾਰ ਸਾਧੂ ਸਿੰਘ ਹੋਣਾ ਨੇ ਆਲੂਵਾਲ ਟਿਕਾਣਾ ਕੀਤਾ ਸੀ। ਆਲੂਵਾਲ ਪਿੰਡ ਟਿਕਾਣਾ ਕਰਕੇ ਹੀ ਇਹਨਾਂ ਦੇ ਆਉਣ ਵਾਲੇ ਜਿਹੜੇ ਸਨ ਉਹਨਾਂ ਦੇ ਨਾਂ ਨਾਲ ਆਲੂਵਾਲੀਆ ਸ਼ਬਦ ਜੁੜਿਆ, ਕਿਉਂਕਿ ਉਹਦਾ ਟਿਕਾਣਾ ਸਾਧੂ ਸਿੰਘ ਦਾ ਆਲੂਵਾਲ ਸੀ। ਖਿਆਲ ਕਰੋ ਤੇ ਫਿਰ ਇੱਥੇ ਇਸ ਪਿੰਡ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਉਹ ਦਿਨ ਵੇਖਣ ਨੂੰ ਮਿਲਿਆ। ਹਰ ਗ੍ਰਿਸ਼ਤੀ ਚਾਹੁੰਦਾ ਹੈ ਕਿ ਮੇਰੇ ਘਰ ਦੇ ਵਿੱਚ ਧੀ ਪੁੱਤਰ ਹੋਵੇ, ਔਲਾਦ ਹੋਵੇ, ਹਰ ਗ੍ਰਿਸ਼ਤੀ ਚਾਹੁੰਦਾ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਸਿੱਖੀ ਜਿਹੜੀ ਹੈ ਨਾ, ਸਿੱਖੀ ਇਹ ਘਰਾਣੇ ਦੀ ਨਹੀਂ ਹੈ, ਸਿੱਖੀ ਕਮਾਉਣ ਦੀ ਹੈ। ਮਤਾਂ ਕੋਈ ਇਹ ਮਾਣ ਕਰਦਾ ਹੋਵੇ ਕਿ ਮੈਂ ਸਿੱਖ ਘਰਾਣੇ ਨਾਲ ਸੰਬੰਧ ਰੱਖਦਾ ਤੇ ਮੇਰੇ ਘਰ ਦੇ ਵਿੱਚ ਪੈਦਾ ਹੋਣ ਵਾਲੇ ਜਿਹੜੇ ਨੇ ਧੀ ਪੁੱਤਰ ਉਹ ਸਿੱਖ ਹੀ ਹੋਣਗੇ। ਜਿੰਨਾ ਚਿਰ ਸਿੱਖੀ ਤਲੀਮ ਨਹੀਂ ਹੈ ਘਰ ਦੇ ਅੰਦਰ, ਉਨੀ ਦੇਰ ਤੱਕ ਇਹ ਆਸ ਨਾ ਰੱਖਿਓ ਕਿ ਸਾਡੇ ਘਰ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਜਿਹੜੇ ਉਹ ਸਿੱਖ ਹੋਣ। ਸਿੱਖੀ ਸਿੱਖਿਆ ਗੁਰ ਵਿਚਾਰ, ਜਿੰਨਾ ਚਿਰ ਘਰ ਦੇ ਵਿੱਚ ਬਬਾਣੀਆਂ ਕਹਾਣੀਆਂ ਨਹੀਂ। ਬਜ਼ੁਰਗੋ ਕਦੇ ਸਮਾਂ ਹੁੰਦਾ ਸੀ ਘਰ ਦੇ ਵਿੱਚ ਪੋਥੀਆਂ ਪ੍ਰਕਾਸ਼ ਹੁੰਦੀਆਂ ਸੀ, ਪੋਥੀ ਪਰਮੇਸ਼ਰ ਕਾ ਥਾਨ। ਜਿਸ ਘਰ ਦੇ ਵਿੱਚ ਪੋਥੀ ਪ੍ਰਕਾਸ਼ ਹੁੰਦੀ ਸੀ ਵੇਖਣ ਨੂੰ ਮਿਲਿਆ ਕਿ ਉਸ ਘਰ ਦੇ ਵਿੱਚ ਸਿੱਖੀ ਵੀ ਪ੍ਰਕਾਸ਼ ਰਹੀ, ਉਸ ਘਰ ਦੇ ਵਿੱਚ ਗੁਰਮਤਿ ਦਾ ਵੀ ਪ੍ਰਕਾਸ਼ ਰਿਹਾ, ਉਸ ਘਰ ਦੇ ਵਿੱਚ ਗੁਰੂ ਦੀ ਬਖਸ਼ਿਸ਼ ਦਾ ਪ੍ਰਕਾਸ਼ ਰਿਹਾ, ਗੁਰੂ ਦੀ ਰਹਿਮਤ ਦਾ ਪ੍ਰਕਾਸ਼ ਰਿਹਾ। ਹੁਣ ਘਰਾਂ ਵਿੱਚੋਂ ਪੋਥੀਆਂ ਗਾਇਬ ਹੋ ਗਈਆਂ, ਪੋਥੀ ਪ੍ਰਕਾਸ਼ ਨਹੀਂ ਹੁੰਦੀ ਘਰਾਂ ਵਿੱਚ। ਅਖਵਾਉਣੇ ਤੇ ਸਿੱਖੀਆਂ ਕਿੰਨਾ ਕਮਰਤ ਵੇਲੇ ਦੀ ਸੰਭਾਲ ਹੈ, ਕਿੰਨਾ ਕਬਾਣੀ ਨਾਲ ਜੁੜੇ ਹੋਏ ਹਾਂ। ਖਿਆਲ ਕਰੋ ਜਿਹਨਾਂ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਹੈ, ਦੁਨੀਆਂ ਦੀ ਹਰ ਦੌਲਤ ਉਹਨਾਂ ਦੀ ਝੋਲੀ ਵਿੱਚ ਹੈ। ਆਖੋ ਸਤਨਾਮ ਸ਼੍ਰੀ ਅਕਾਲ। ਹੁਣ ਪੋਥੀਆਂ ਪ੍ਰਕਾਸ਼ ਨਹੀਂ ਹੁੰਦੀਆਂ, ਹੁਣ ਤੇ ਕੋਠੀ ਦੇ ਜਿੰਨੇ ਕਮਰੇ ਆ ਉਹਨਾਂ ਕਮਰਿਆਂ ਦੇ ਵਿੱਚ ਪ੍ਰਕਾਸ਼, ਝੂਠਾ ਪ੍ਰਕਾਸ਼।
ਉਹ ਦਿਸਦਾ ਤੇ ਪ੍ਰਕਾਸ਼ ਹੈ ਪਰ ਉਹ ਅੰਧਕਾਰ ਹੈ, ਐਸਾ ਹਨੇਰਾ ਹੈ, ਉਹ ਐਸੀ ਦਲਦਲ ਹੈ, ਖਿਆਲ ਕਰੋ, ਜਿਹਦੇ ਵਿੱਚ ਸਾਡਾ ਸਭ ਕੁਝ ਗਵਾਚਦਾ ਜਾ ਰਿਹਾ। ਕੋਠੀ ਦੇ ਜਿੰਨੇ ਕਮਰੇ ਆ ਉਨੇ ਕਮਰਿਆਂ ਦੇ ਵਿੱਚ ਐਲਸੀਡੀਆਂ ਲੱਗੀਆਂ ਹੋਈਆਂ ਨੇ, ਟੀਵੀ ਪ੍ਰਕਾਸ਼ ਨੇ, ਤੇ ਖਿਆਲ ਕਰੋ ਜਿੱਥੇ ਇਹੋ ਜਿਹਾ ਘਰਾਂ ਦਾ ਮਾਹੌਲ ਹੈ ਫਿਰ ਉੱਥੋਂ ਸਿੱਖੀ ਕਿੱਥੋਂ ਪਾਲਦੇ ਹੋ। ਭਾਈ ਗੁਰਦਾਸ ਜੀ ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ, ਸਿੱਖਾ ਤੇਰਾ ਘਰ ਧਰਮਸਾਲ ਬਣ ਜਾਣਾ ਚਾਹੀਦਾ ਹੈ, ਜਿਵੇਂ ਭਾਈ ਬਦਰ ਸਿੰਘ ਨੇ ਆਪਣੇ ਘਰ ਨੂੰ ਧਰਮਸਾਲ ਬਣਾਇਆ ਹੈ। ਏਡਾ ਵੱਡਾ ਨਿਤਨੇਮ ਸੀ ਇਹਨਾਂ ਦਾ, ਖਾਸ ਕਰਕੇ ਇਹਨਾਂ ਦੀ ਧਰਮਸ ਪਤਨੀ ਦਾ ਇਤਿਹਾਸ ਵਿੱਚ ਜ਼ਿਕਰ ਆਇਆ, ਬੜੀ ਧਰਮੀ ਸੀ, ਧਰਮ ਨੂੰ ਕਮਾਇਆ, ਉਹਦਾ ਜੀਵਨ ਬੜਾ ਮਹਾਨ ਸੀ। ਸਵੇਰੇ ਸ਼ਾਮ ਜਿੱਥੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ, ਫਿਰ ਗੁਰਦੁਆਰਾ ਸਾਹਿਬ ਜਾਣਾ, ਉੱਥੇ ਪਿਆਰਿਓ ਸ਼ਾਮ ਦੇ ਵਕਤ ਵੀ ਸੋ ਦਾ ਰਹਿ ਰਾਸ ਦਾ ਪਾਠ ਗੁਰਦੁਆਰਾ ਸਾਹਿਬ ਜਾ ਕੇ ਆਪ ਕਰਦੀ ਹੁੰਦੀ ਸੀ। ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਸੀ, ਖਿਆਲ ਕਰੋ। ਤੇ ਸਿਆਣਿਆਂ ਦਾ ਇਹ ਕਥਨ ਹੈ ਕਿ ਜੇ ਔਰਤ ਨੇ ਆਪਣੀ ਕੁੱਖ ਤੋਂ ਪੁੱਤਰ ਨੂੰ ਕਿਸੇ ਨੂੰ ਜਨਮ ਦੇਣਾ ਹੈ ਨਾ, ਇੱਕ ਗੱਲ ਉਹ ਚੇਤੇ ਰੱਖੇ ਕਿ ਉਹਦਾ ਪੁੱਤਰ ਜਾਂ ਭਗਤ ਹੋਵੇ, ਜਾਂ ਸੂਰਮਾ ਹੋਵੇ, ਜਾਂ ਦਾਨੀ ਹੋਵੇ, ਤਿੰਨਾਂ ਗੁਣਾਂ ਵਿੱਚੋਂ ਇੱਕ ਗੁਣ ਤੇ ਹੋਣਾ ਹੀ ਚਾਹੀਦਾ ਹੈ ਨਾ। ਜਨਨੀ ਜਨੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ। ਇਹ ਕਿਸੇ ਵਿਦਵਾਨ ਦੇ ਕਥਨ ਨੇ ਤੇ ਬਾ ਕਮਾਲ ਨੇ ਕਿ ਜੇ ਔਰਤ ਨੇ ਆਪਣੀ ਕੁੱਖ ਤੋਂ ਬੱਚੇ ਨੂੰ ਜਨਮ ਦੇਣਾ, ਤਿੰਨਾਂ ਗੁਣਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ, ਉਹ ਤਾਂ ਹੀ ਹੋਵੇਗਾ ਜੇ ਉਹਦਾ ਆਪਣਾ ਜੀਵਨ ਹੋਵੇਗਾ। ਤੇ ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਦਾ ਜੀਵਨ ਬੜਾ ਮਹਾਨ ਹੈ। ਕਹਿੰਦੇ ਗਾਤਰੇ ਕਿਰਪਾਨ, ਕਿਉਂਕਿ ਇਹਨਾਂ ਨੇ ਵੀ ਅੰਮ੍ਰਿਤ ਦੀ ਦਾਤ ਲਈ, ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸੀ ਨਾ, ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਗੁਰੂ ਕਾ ਲਾਲ ਹੋਵੇਗਾ, ਉਸੇ ਦਿਨ ਹੀ ਕਲਗੀਧਰ ਪਾਤਸ਼ਾਹ ਨੇ ਆਪ ਬਖਸ਼ਿਸ਼ਾਂ ਦੇ ਕੇ ਪੰਜ ਪਿਆਰਿਆਂ ਨੂੰ ਹੁਕਮ ਲਾ ਕੇ ਖੰਡੇ ਕੀ ਪੌਲ ਚੁਕਾਈ, ਜਿੰਨੇ ਵੀ ਜੱਥੇ ਆਉਂਦੇ ਸੀ ਉਹ ਖੰਡੇ ਕੀ ਪੌਲ ਲੈ ਕੇ ਸਿੰਘ ਸਜਦੇ ਸੀ। ਅੱਜ ਤੇ ਅਸੀਂ ਸਵਾਲ ਕਰਨ ਲੱਗ ਪਏ, ਜੇ ਕੋਈ ਕਹੇ ਨਾ ਵੀ ਅੰਮ੍ਰਿਤ ਸ਼ਕਲ ਹੈ, ਤੇ ਕਹਿਣਗੇ ਮਨ ਦੀ ਸਿੱਖੀ ਹੈ ਜੀ ਸਾਡੀ ਮਨ, ਤੇ ਅਜੇ ਤੱਕ ਤੇ ਕੋਈ ਇਹੋ ਜਿਹੀ ਸਕੈਨਿੰਗ ਨਹੀਂ ਬਈ ਜੋ ਮਨ ਨੂੰ ਸਾਡੇ ਸਾਹਮਣੇ ਰੱਖ ਦੇਵੇ ਵੀ ਆਹ ਕੁਝ ਹੈ ਮਨ ਦੇ ਵਿੱਚ। ਇਹ ਮਨ ਦੀ ਸਿੱਖੀ ਪਤਾ ਨਹੀਂ ਕਦੋਂ ਬਾਹਰ ਆਉਣੀ ਹੈ। ਇਹ ਭੁਲੇਖਾ ਪਾਉਂਦੇ ਨੇ ਉਹ ਭੁੱਲੜ ਲੋਕ ਜਿਹਨਾਂ ਨੂੰ ਪਤਾ ਨਹੀਂ ਕਿ ਸਿੱਖ ਦਾ ਸੰਪੂਰਨ ਸਰੂਪ ਜਿਹੜਾ ਹੈ ਉਹ ਅੰਮ੍ਰਿਤਧਾਰੀ ਸਵਰੂਪ ਹੈ। ਜੇ ਮੈਂ ਗਲਤ ਨਾ ਹੋਵਾਂ, ਸੰਪੂਰਨ ਸਰੂਪ ਜਿਹੜਾ ਹੈ ਸਿੱਖ ਦਾ ਉਹ ਹੈ ਅੰਮ੍ਰਿਤਧਾਰੀ, ਉਹਦਾ ਜੀਵਨ ਹੋਵੇ, ਸ਼ਸਤਰਧਾਰੀ ਹੋਵੇ, ਸਿੱਖ ਤੋਂ ਸਿੰਘ ਸਾਜਿਆ, ਗੁਰੂ ਨੇ ਕਿਰਪਾ ਕੀਤੀ ਹੈ, ਤੇ ਫਿਰ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਜਨਮ ਨੂੰ ਸੁਹੇਲਾ ਕਰਨ ਵਾਸਤੇ ਜ਼ਰੂਰੀ ਹੈ ਅੰਮ੍ਰਿਤ ਦੀ ਦਾਤ ਜੀਵਨ ਦੇ ਅੰਦਰ। ਦੋਵਾਂ ਜੀਆਂ ਨੇ ਅੰਮ੍ਰਿਤ ਦੀ ਦਾਤ ਲਈ ਤੇ ਗਾਤਰੇ ਕਿਰਪਾਨ ਸਜਾਈ, ਤੇ ਦੂਸਰੇ ਪਾਸੇ ਤੁਸਾਂ ਦੇਖਿਆ ਜਿਹੜੇ ਨਿਹੰਗ ਸਿੰਘਾਂ ਦਾ ਬਾਣਾ ਵੇਖਿਆ, ਇੱਕ ਪਾਸੇ ਦੀ ਕਿਰਪਾਨ ਪਾਈ ਹੁੰਦੀ ਹੈ, ਦੂਸਰੇ ਪਾਸੇ ਵੀ ਉਹ ਖਜ਼ਾਨਾ ਪਾਇਆ ਹੁੰਦਾ। ਖਜ਼ਾਨਾ ਭਾਵ ਕਿਹੜਾ ਹੈ? ਦੁਨਿਆਵੀ ਖਜ਼ਾਨਾ ਨਹੀਂ, ਉਹ ਹੈ ਨਾਮ ਧਨ ਬਾਣੀ ਦੀ ਕੋਈ ਪੋਥੀ ਜਾਂ ਗੁਟਕਾ ਸਾਹਿਬ ਖਜ਼ਾਨੇ ਵਿੱਚ ਹੋਵੇਗਾ। ਤੇ ਇਹੋ ਜਿਹਾ ਮਹਾਨ ਜੀਵਨ ਸੀ ਪਿਆਰਿਓ ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਦਾ, ਜਿੱਥੇ ਗਾਤਰੇ ਕਿਰਪਾਨ ਸਜਾਈ ਹੈ ਉੱਥੇ ਨਾਲ ਦੀ ਨਾਲ ਖਜ਼ਾਨਾ ਗੁਰੂ ਦਾ ਬਖਸ਼ਿਆ ਹੋਇਆ ਜਿਹੜਾ ਕੋਲ ਰੱਖ ਕੇ ਆਪਣੇ ਜੀਵਨ ਨੂੰ ਇਸ ਕਦਰ ਉਹਨਾਂ ਨੇ ਬਣਾਇਆ ਹੈ ਕਿ ਅੱਜ ਉਹਨਾਂ ਦੀ ਕੁੱਖ ਤੋਂ ਇੱਕ ਮਹਾਨ ਵੀਰ ਬਹਾਦਰ ਯੋਧੇ ਪੁੱਤਰ ਦਾ ਜਨਮ ਹੋਇਆ। ਖਿਆਲ ਕਰੋ, ਮੈਂ ਤਰੀਕਾਂ ਕਹਿਣ ਲੱਗਾ, ਇਹ ਨੋਟ ਕਰ ਲਿਓ ਤੁਸੀਂ। 3 ਮਈ ਹੈ, ਸੰਮਤ 1718 ਈਸਵੀ ਹੈ, ਵੈਸਾਖ ਸੁਦੀ 15 ਹੈ, ਵਿਕਰਮੀ ਸੰਮਤ 1775 ਹੈ, ਤੇ ਨਾਨਕਸ਼ਾਹੀ ਸੰਮਤ 249 ਹੈ, ਜਿੱਦਣ ਸਦਰ ਸਿੰਘ ਦੇ ਘਰ ਇਸ ਮਹਾਨ ਔਰਤ ਦੀ ਕੁੱਖ ਤੋਂ ਜੱਸਾ ਸਿੰਘ ਆਹਲੂਵਾਲੀਏ ਦਾ ਜਨਮ ਹੋਇਆ। ਮੈਂ ਇਹ ਤਰੀਕਾਂ ਦੁਬਾਰਾ ਰਿਪੀਟ ਕਰ ਦੇਣੀਆਂ ਚਾਹੁੰਦਾ, ਧਿਆਨ ਨਾਲ ਸੁਣ ਲਿਓ। 3 ਮਈ ਸੰਮਤ 1718 ਈਸਵੀ ਹੈ, ਪੂਰਨਮਾਸ਼ੀ ਸੀ ਉਸ ਦਿਨ, ਤੇ ਵੈਸਾਖ ਸੁਦੀ 15 ਸੀ, ਸੰਮਤ 1775 ਵਿਕਰਮੀ ਹੈ, ਤੇ ਨਾਨਕਸ਼ਾਹੀ ਸੰਮਤ ਹੈ 249। ਇਹ ਤਿੰਨੇ ਤਰੀਕਾਂ ਮੈਂ ਇਸ ਕਰਕੇ ਬੋਲੀਆਂ ਨਾ, ਵਿਕਰਮੀ ਸੰਮਤ ਵੀ ਬੋਲਿਆ, ਈਸਵੀ ਸਨ ਵੀ ਬੋਲਿਆ, ਤੇ ਨਾਨਕਸ਼ਾਹੀ ਸੰਮਤ ਵੀ ਬੋਲਿਆ। ਕਿਉਂ ਬੋਲਿਆ? ਕਿਉਂਕਿ ਆ ਪਿਛਲੇ ਦਿਨੀ ਝਗੜਾ ਹੋ ਗਿਆ ਕੌਮ ਦੇ ਵਿੱਚ, ਕਹਿੰਦੇ ਜੀ ਇੱਕ ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 2 ਵਾਰ ਹੀ ਆਉਂਦਾ ਹੈ, ਤੇ ਇੱਕ ਸਾਲ ਵਿੱਚ ਆਉਂਦਾ ਹੀ ਨਹੀਂ। ਮੈਂ ਹੈਰਾਨ ਹੋ ਗਿਆ ਬਈ ਇਹ ਕੌਮ ਦੀ ਲੜਾਈ ਨੂੰ ਵਧਾਉਣ ਵਾਲੇ ਉਹਨਾਂ ਲੋਕਾਂ ਨੂੰ ਪਤਾ ਨਹੀਂ ਹੈ ਅਸਲ ਵਿੱਚ, ਜੇ ਤੇ 12 ਮਾਹ ਨੂੰ ਸਮਝੋਗੇ ਤੇ ਇੱਕ ਸਾਲ ਵਿੱਚ ਕਿਵੇਂ 2 ਵਾਰੀ ਆਏਗਾ? ਬਈ ਪੋਹ ਦਾ ਮਹੀਨਾ ਹੈ, ਪੋਹ ਸੁਦੀ 7ਵੀਂ ਸੀ ਉੱਧਰ, ਸਾਰੇ ਵਿਦਵਾਨਾਂ ਨੇ ਜ਼ਿਕਰ ਕੀਤਾ ਬਈ ਪੋਹ ਸੁਦੀ 7, ਪਰ ਪੋਹ ਸੁਦੀ 7 ਦੇ ਨਾਲ 23 ਪੋਹ ਵੀ ਸੀ,
23 ਪੋ ਨੂੰ ਪਾਸੇ ਰੱਖ ਦਿੱਤਾ ਪੋ ਉਸ ਦੀ ਸਤਵੀਂ ਨੂੰ ਪ੍ਰਚਾਰਿਆ ਗਿਆ। ਖੈਰ ਜੇ 23 ਪੋ ਰੱਖ ਲੈਂਦੇ ਸਾਡੇ ਕੌਮ ਦੇ ਧਾਰਮਿਕ ਆਗੂ ਤੇ ਜਿਹੜਾ ਸੀ ਕੌਮ ਵਿੱਚ ਝਗੜਾ ਉਹ ਇਸ ਗੱਲ ਦਾ ਸੀ ਕਿ ਇੱਕ ਪਾਸੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 8 ਪੋਹ ਨੂੰ ਤੇ 13 ਪੋਹ ਨੂੰ ਇਹਨਾਂ ਦਿਨਾਂ ਦੇ ਵਿੱਚ ਹੀ ਸਾਹਿਬਜ਼ਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਕਿਵੇਂ ਮਨਾਵਾਂਗੇ। ਇਹੀ ਸੀ ਨਾ ਗੱਲ, 8 ਨੂੰ ਵੱਡੇ ਸਾਹਿਬਜ਼ਾਦੇ, 13 ਪੋਹ ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਹੈ। 13 ਤੇ 10 ਕਿੰਨੇ ਹੋ ਗਏ ਬਈ? 23 ਹੋ ਗਏ ਨਾ। ਝਗੜਾ ਆਪੇ ਮੁੱਕ ਜਾਣਾ ਸੀ, ਨਹੀਂ ਚਾਹੁੰਦੇ ਸਾਡੇ ਧਾਰਮਿਕ ਆਗੂ ਬਈ ਕੌਮ ਦੀ ਲੜਾਈ ਮੁੱਕ ਜਾਏ। ਮਕਾਉਣੀ ਹੋਵੇ ਤੇ ਥੋੜ੍ਹੀ ਲੋੜ ਹੈ ਪਿਆਰੇ ਉਸਾਰੂ ਸੋਚ ਦੀ, ਆਪੇ ਝਗੜਾ ਕੌਮ ਦਾ ਮੁੱਕ ਸਕਦਾ ਹੈ। ਮੈਂ ਤਿੰਨੇ ਤਰੀਕਾਂ ਇਸ ਕਰਕੇ ਬੋਲੀਆਂ ਨੇ ਕਿਉਂਕਿ ਸਾਨੂੰ ਪਤਾ ਲੱਗ ਜਾਏ ਜੱਸਾ ਸਿੰਘ ਆਲੂ ਵਾਲੀਏ ਦਾ ਜਨਮ ਹੋਇਆ ਪਿੰਡ ਆਲੂ, ਪਿਤਾ ਸਦਰ ਸਿੰਘ ਦੇ ਘਰ ਧਰਮੀ ਮਾਤਾ ਦੀ ਕੁੱਖ ਤੋਂ, ਤੇ ਉਹ ਤਿੰਨੇ ਤਰੀਕਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ। ਜਦੋਂ ਕਿਸੇ ਮਹਾਨ ਆਤਮਾ ਦਾ ਆਉਣਾ ਹੁੰਦਾ ਹੈ ਸੰਸਾਰ ਤੇ, ਇਹ ਸੰਸਾਰ ਫਿਰ ਨਮਸਕਾਰਾਂ ਕਰਦਾ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਾਂ ਨਾਮਨ ਕਾ ਹੈ ਸੁਆਉ, ਜਨ ਕੈ ਸੰਗ ਚਿਤਾਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜੀਵਨ ਘੜਿਆ ਗਿਆ ਜੱਸਾ ਸਿੰਘ ਆਲੂ ਵਾਲੀਏ ਦਾ, ਪਰ ਅਕਾਲ ਪੁਰਖ ਨੂੰ ਕੁਝ ਹੋਰ ਮਨਜ਼ੂਰ ਸੀ, ਪਿਤਾ ਦਾ ਪਿਆਰ ਬਹੁਤੀ ਦੇਰ ਤੱਕ ਨਹੀਂ ਮਿਲ ਸਕਿਆ। ਇਤਿਹਾਸਕਾਰਾਂ ਨੇ ਲਿਖਿਆ 4 ਸਾਲ ਦੀ ਉਮਰ ਸੀ ਜਦੋਂ ਭਾਈ ਬਦਰ ਸਿੰਘ ਜੀ ਚੜ੍ਹਾਈ ਕਰ ਗਏ। ਇਹਨਾਂ ਦੀ ਮਾਤਾ ਇੱਕ ਜੱਥਾ ਲੈ ਕੇ ਗਈ ਹੈ ਮਾਤਾ ਸੁੰਦਰ ਕੌਰ ਦੇ ਕੋਲ ਦਿੱਲੀ। ਉਸ ਵੇਲੇ ਮਾਤਾ ਸੁੰਦਰ ਕੌਰ ਦਾ ਕੌਮ ਤੇ ਪੰਥ ਦੇ ਵਿੱਚ ਗੁਰੂ ਕੇ ਮਹਿਲ ਹੋਣ ਕਰਕੇ ਸਤਿਕਾਰ ਸਨਮਾਨ ਹੈ। ਜਿੰਨੇ ਵੀ ਜੱਥੇ ਗੁਰੂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਦੀ ਇੱਛਾ ਰੱਖਦੇ ਸੀ ਉਹ ਸਾਰੇ ਮਾਤਾ ਸੁੰਦਰ ਕੌਰ ਕੋਲ ਜਾਂਦੇ ਨੇ ਪਿਆਰ, ਤੇ ਇਹ ਵੀ ਆਪਣੇ ਪੁੱਤਰ ਨੂੰ ਲੈ ਕੇ ਉੱਥੇ ਪਹੁੰਚੇ ਨੇ। ਕਹਿੰਦੇ ਨੇ ਕਿ ਇੰਨਾ ਸੁਰੀਲਾ ਕੀਰਤਨ ਕਰਦੇ ਸੀ ਦੋ ਤਾਰਾ ਵਜਾ ਕੇ, ਇੱਕ ਸਾਜ਼ ਦਾ ਨਾਂ ਹੈ ਦੋ ਤਾਰਾ, ਉਹ ਸਾਜ਼ ਜਿਹਨੂੰ ਜੱਸਾ ਸਿੰਘ ਆਲੂ ਵਾਲੀਏ ਦੀ ਮਾਤਾ ਆਪ ਵਜਾ ਕੇ ਕੀਰਤਨ ਕਰਿਆ ਕਰਦੀ ਸੀ। ਜਿੱਥੇ ਇਲਾਹੀ ਬਾਣੀ ਦਾ ਪਾਠ ਕਰਨਾ ਉੱਥੇ ਨਾਲ ਕੀਰਤਨ ਕਰਨਾ ਹੈ, ਤੇ ਜਦੋਂ ਆਏ ਹੋਏ ਜੱਥੇ ਨੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਕਹਿੰਦੇ ਉਸ ਵੇਲੇ ਸੰਗਤ ਨੇ ਕਹਿ ਦਿੱਤਾ ਸੀ, ਕਈਆਂ ਨੇ ਮਾਤਾ ਸੁੰਦਰ ਕੌਰ ਕੋਲ ਜਾ ਕੇ ਕਿਹਾ ਕਿ ਆਹ ਜਿਹੜੀ ਧਰਮੀ ਮਾਤਾ ਆਈ ਹੈ ਨਾ ਇਹਦੇ ਜੀਵਨ ਵਿੱਚ ਬੜਾ ਬਾਣੀ ਨੇਮ ਹੈ, ਤੇ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਘਰ ਦੇ ਵਿੱਚ ਜਿਹੜੀ ਮਰਿਆਦਾ ਹੈ ਨਾ ਉਸ ਮਰਿਆਦਾ ਨੂੰ ਅਪਣਾਇਆ ਹੋਇਆ ਹੈ, ਤੇ ਮਾਤਾ ਸੁੰਦਰ ਕੌਰ ਨੇ ਜਦੋਂ ਕੀਰਤਨ ਸੁਣਿਆ ਉਹ ਜੱਥਾ ਤੇ ਵਾਪਸ ਮੁੜਾਇਆ, ਤੇ ਮਾਤਾ ਸੁੰਦਰ ਕੌਰ ਨੇ ਇਹਨਾਂ ਦੋਵਾਂ ਦੀ ਇਹ ਸੇਵਾ ਲਾ ਦਿੱਤੀ ਇਹ ਮਾਂ ਪੁੱਤਰ ਦੀ, ਕਿ ਤੁਸਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਮਹਾਨ ਸੇਵਾ ਨਿਭਾਉਣੀ। ਫਿਰ 7 ਸਾਲ ਦਿੱਲੀ ਰਹਿ ਕੇ ਮਾਤਾ ਸੁੰਦਰ ਕੌਰ ਦੇ ਕੋਲ ਜੱਸਾ ਸਿੰਘ ਆਲੂ ਵਾਲੀਏ ਨੇ ਮਹਾਨ ਸੇਵਾ, ਤੇ ਉਹਨਾਂ ਦੀ ਮਾਤਾ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਨੂੰ ਪਾਇਆ। ਇਹਨਾਂ ਦਿਨਾਂ ਦੇ ਵਿੱਚ ਜੱਸਾ ਸਿੰਘ ਆਲੂ ਵਾਲੀਏ ਦਾ ਮਾਮਾ ਭਾਗ ਸਿੰਘ ਹੱਲੋ ਵਾਲੀਆ ਇੱਕ ਜੱਥਾ ਲੈ ਕੇ ਮਾਤਾ ਸੁੰਦਰ ਕੌਰ ਕੋਲ ਪਹੁੰਚਾਏ। ਕਹਿੰਦੇ ਬੇਨਤੀ ਕੀਤੀ ਕਿਉਂਕਿ ਉਹਦੇ ਆਪਣੇ ਕੋਈ ਔਲਾਦ ਨਹੀਂ ਸੀ। ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਜਿਹੜਾ ਜੱਸਾ ਸਿੰਘ ਆਲੂ ਵਾਲੀਏ ਦਾ ਮਾਮਾ ਹੋਇਆ ਨਾ ਬਾਗ ਸਿੰਘ ਹੱਲੋ ਵਾਲੀਆ, ਉਹਦੀ ਆਪਣੀ ਕੋਈ ਔਲਾਦ ਨਹੀਂ ਸੀ, ਬਹੁਤ ਪਿਆਰ ਕਰਦੇ ਸੀ ਆਪਣੇ ਭਾਣਜੇ ਨੂੰ। ਕੁਝ ਸਮਾਂ ਦਿੱਲੀ ਰਹਿ ਤੇ ਜਦੋਂ ਵਾਪਸ ਆਉਣ ਲੱਗੇ ਮਨ ਦਾ ਖਿਆਲ ਆਇਆ ਕਿ ਕਿਉਂ ਨਾ ਆਪਣੀ ਭੈਣ ਨੂੰ ਤੇ ਆਪਣੇ ਭਾਣਜੇ ਨੂੰ ਮੈਂ ਨਾਲ ਲੈ ਕੇ ਜਾਵਾਂ, ਉੱਥੇ ਵੀ ਸੰਗਤਾਂ ਉਡੀਕ ਰਹੀਆਂ ਨੇ, ਤੇ ਖਿਆਲ ਕਰੋ ਮਾਤਾ ਸੁੰਦਰ ਕੌਰ ਨਹੀਂ ਸੀ ਚਾਹੁੰਦੇ। ਮਾਤਾ ਸੁੰਦਰ ਕੌਰ ਨੇ ਤੇ 7 ਸਾਲ ਜੱਸਾ ਸਿੰਘ ਆਲੂ ਵਾਲੀਏ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਬਵਾਣੀਆਂ ਕਹਾਣੀਆਂ ਲੋਰੀਆਂ ਦੇ ਕੇ ਪੁਤਰੈਲਾ ਪੁੱਤਰ ਬਣਾਇਆ। ਮਾਤਾ ਸੁੰਦਰ ਕੌਰ ਦਾ ਪੁਤਰੈਲਾ ਪੁੱਤਰ ਇਹ ਬਣਿਆ ਪਿਆਰਿਓ, ਪੁਤਰੈਲਾ ਪੁੱਤਰ ਤੁਸੀਂ ਸਮਝਦੇ ਹੋ ਨਾ। ਮਾਤਾ ਸੁੰਦਰ ਕੌਰ ਨੇ ਆਪਣੀ ਗੋਦ ਵਿੱਚ ਬਿਠਾ ਕੇ ਇਹਨੂੰ ਪਾਲਿਆ 7 ਸਾਲ ਜੱਸਾ ਸਿੰਘ ਆਲੂ ਵਾਲੀ। ਖਿਆਲ ਕਰੋ ਇੱਥੇ ਕੋਈ ਬਾਣੀ ਬਾਣੇ ਵਿੱਚ ਪ੍ਰਪੱਕ ਹੋਵੇ ਸਿੰਘ, ਜੇ ਕੋਈ ਉਹਨੂੰ ਪੁੱਛੇ ਵੀ ਤੇਰੇ ਪਿਤਾ ਦਾ ਕੀ ਨਾਂ ਹੈ, ਤੇ ਉਹ ਕਹੇਗਾ ਪਿਤਾ ਗੁਰੂ ਗੋਬਿੰਦ ਸਿੰਘ। ਉਹਨੂੰ ਕੋਈ ਸਵਾਲ ਕਰੇ ਵੀ ਤੇਰੀ ਮਾਤਾ ਦਾ ਕੀ ਨਾਂ ਹੈ, ਉਹ ਕਹੇਗਾ ਮਾਤਾ ਸਾਹਿਬ ਕੌਰ। ਫਿਰ ਅਗਲਾ ਸਵਾਲ ਹੋਵੇ ਵੀ ਤੂੰ ਕਿੱਥੋਂ ਦਾ ਵਾਸੀ ਹੈ, ਤੇ ਉਹ ਕਹੇਗਾ ਭਾਵੇਂ ਰਹਿੰਦਾ ਕਨੇਡਾ ਹੈ, ਜੰਮਿਆ ਵੀ ਉੱਥੇ ਹੈ, ਕਨੇਡਾ ਆਸਟ੍ਰੇਲੀਆ ਇੰਗਲੈਂਡ ਉੱਥੋਂ ਦਾ ਸਿਟੀਜਨ ਵੀ ਹੋਵੇ, ਅੰਮ੍ਰਿਤ ਦੀ ਦਾਤ ਲੈ ਲਵੇ, ਉਹ ਕਹੇਗਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ। ਕੋਈ ਸਵਾਲ ਕਰੇ ਕਿੱਥੋਂ ਦਾ ਵਾਸੀ ਹੈ, ਇਹ ਨਹੀਂ ਕਹੇਗਾ ਕਿ ਮੈਂ ਕਨੇਡਾ ਦਾ ਵਾਸੀ ਹਾਂ, ਕਹੇਗਾ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ। ਕਦੇ ਮੁਗਲ ਜਰਨੈਲਾਂ ਨੇ ਰੌਲਾ ਪਾਇਆ ਸੀ, ਕਹਿੰਦੇ ਆਨੰਦਪੁਰ ਸਾਹਿਬ ਦਾ ਵਾਸੀ ਉੱਜੜ ਗਿਆ, ਇਹਨਾਂ ਨੂੰ ਕੀ ਪਤਾ ਸੀ ਉਹ ਤੇ ਉੱਜੜਿਆਂ ਨੂੰ ਵਸਾਉਣ ਵਾਸਤੇ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਉਹ ਤੇ ਉੱਜੜਿਆਂ ਨੂੰ ਵਸਾਉਣ ਵਾਸਤੇ ਆਇਆ, ਉਹਨੂੰ ਤੁਸੀਂ ਕੀ ਉਜਾੜੋਗੇ। ਅੱਜ ਮੇਰੇ ਦਸ਼ਮੇਸ਼ ਪਿਤਾ ਨੇ ਜੇ ਬਚਨ ਕਹੇ ਸੀ ਗੁਰੂ ਕਾ ਲਾਲ,
ਉਹਨਾਂ ਦੇ ਮਹਿਲ ਮਾਤਾ ਸੁੰਦਰ ਕੌਰ ਨੇ ਕਿਹਾ ਮੇਰਾ ਪੁੱਤਰ ਹੈ ਲਓ ਪੁੱਤਰ ਹੈ ਲਓ ਪਿਆਰਿਓ। ਫਿਰ ਇੱਥੋਂ ਖੁਸ਼ੀਆਂ ਲੈ ਕੇ ਵਾਪਸ ਮੁੜਨ ਲੱਗੇ ਨੇ ਤੇ ਕਹਿੰਦੇ ਉਸ ਵੇਲੇ ਮਾਤਾ ਸੁੰਦਰ ਕੌਰ ਨੇ ਰਾਜ ਭਾਗ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਹੈ ਜੱਸਾ ਸਿੰਘ ਆਲੂ ਵਾਲੇ ਨੂੰ ਸੌਂਪਦਿਆਂ ਹੋਇਆ ਆਪਣੇ ਮੁਖਾਰਬਿੰਦ ਤੋਂ ਕੁਝ ਬਚਨ ਕਹੇ ਨੇ। ਉਹ ਬਚਨ ਕਿਹੜੇ ਨੇ? ਜਿੱਥੇ ਇੱਕ ਗਾਤਰੇ ਦੀ ਕੁਰਬਾਨ ਦਿੱਤੀ ਇੱਕ ਢਾਲ ਬਖਸ਼ਿਸ਼ ਹੋਈ ਹੈ ਤੇ ਇਤਿਹਾਸਕਾਰਾਂ ਨੇ ਲਿਖਿਆ ਇੱਕ ਕਮਾਨ ਇੱਕ ਤੀਰਾਂ ਦਾ ਭਰਿਆ ਹੋਇਆ ਪੱਥਾ ਇੱਕ ਚਾਂਦੀ ਦੀ ਚੋਬਦਾਰ ਦਿੰਦਿਆਂ ਹੋਇਆ ਜਿਹਨੂੰ ਅਸਾ ਆਸਾ ਕਹਿੰਦੇ ਨੇ ਉਹ ਡੰਡਾ ਦੇ ਕੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਕੇ ਨਵਾਜਿਆ ਤੇ ਮਾਤਾ ਸੁੰਦਰ ਕੌਰ ਨੇ ਜਾਂਦਿਆਂ ਹੋਇਆ ਜੱਸਾ ਸਿੰਘ ਆਲੂ ਵਾਲੀਏ ਨੂੰ ਸੀਨੇ ਨਾਲ ਲਾ ਕੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਜਿਹੜੇ ਵਚਨ ਕੀਤੇ ਢਾਡੀ ਜੱਥਾ ਤਰਜਮਾਨੀ ਤੇਰੇ ਅੱਤੇ ਤੇਰੀ ਸੰਤਾਨ ਅੱਗੇ ਸਿੱਖ ਛੋਬਦਾਰ ਹੋਣਗੇ ਤੇਰੇ ਅੱਤੇ ਤੇਰੀ ਸੰਤਾਨ ਅੱਗੇ ਸਿੱਖ ਛੋਬਦਾਰ ਹੋਣਗੇ ਤੇਰਾ ਵਿੱਚ ਆਏ ਹੋਏ ਮਾਤਾ ਸੁੰਦਰੀ ਮੁੱਖ ਤੋਂ ਉਚਾਰ ਦੇ ਸੀਸੀ ਉੱਤੇ ਹੱਥ ਰੱਖ ਜੱਸਾ ਸਿੰਘ ਦੇ ਅੱਖਾਂ ਪਿਆਰ ਦੇ ਸੀਸੀ ਉੱਤੇ ਹੱਥ ਰੱਖ ਜੱਸਾ ਸਿੰਘ ਦੇ ਅੱਖਾਂ ਪਿਆਰ ਦੇ ਬੰਸ ਵਿੱਚ ਬਲੀ ਬਲਵਾਨੀਆਂ ਤੇ ਕੌਮੀ ਸਰਦਾਰ ਹੋਣਗੇ ਬੰਸ ਵਿੱਚ ਬਲੀ ਬਲਵਾਨੀਆਂ ਤੇ ਕੌਮੀ ਸਰਦਾਰ ਹੋਣਗੇ ਤੇਰੇ ਅਤੇ ਤੇਰੀ ਸੰਤਾਨ ਦੇ ਅੱਗੇ ਸਿੱਖ ਚੋਬਦਾਰ ਹੋਣਗੇ ਤੇਰੇ ਅਤੇ ਤੇਰੀ ਸੰਤਾਨ ਅੱਗੇ ਸਿੱਖ ਸੋਭਦਾਰ ਹੋਣਗੇ ਖਾਲਸੇ ਦੇ ਰਾਜ ਵਿੱਚ ਮਾਣ ਹੋਵੇਗਾ ਤੇਰਿਆਂ ਘਰਾਣਿਆ ਸੱਥਾਂ ਵਿੱਚ ਬੈਠ ਤੇਰਾ ਜਸ ਕਰਨਾ ਦਾਤਿਆਂ ਸਿਆਣਿਆ ਸੱਥਾਂ ਵਿੱਚ ਬੈਠ ਤੇਰਾ ਜਸ ਕਰਨਾ ਦਾਤਿਆਂ ਸਿਆਣਿਆ ਪੂਜਣੇ ਦੇ ਜੋਗ ਗੁਰੂ ਵੱਲੋਂ ਬਖਸ਼ੇ ਹੈ ਇੱਕ ਕਾਰ ਹੋਣਗੇ ਪੂਜਣੇ ਦੇ ਜੋਗ ਗੁਰੂ ਵੱਲੋਂ ਬਖਸ਼ੇ ਇੱਕ ਕਾਰ ਹੋਣਗੇ ਤੇਰੇ ਅੱਤੇ ਤੇਰੀ ਸੰਤਾਨ ਅੱਗੇ ਸਿੰਘਾਂ ਚੋਬਦਾਰ ਹੋਣਗੇ ਤੇਰੇ ਅਤੇ ਤੇਰੀ ਸੰਤਾਨ ਅੱਗੇ ਸਿੰਘਾਂ ਚੋਬਦਾਰ ਹੋਣਗੇ ਉੱਚ ਕਰ ਰੱਖਣ ਦਾ ਸਿੱਖ ਪੰਥ
ਵਾਸਤੇ ਇੱਕ ਵਾਰੀ ਸਾਰੇ ਮਿਲ ਕੇ ਸੰਗਤੀ ਰੂਪ ਵਿੱਚ ਰਸਨਾ ਕਰੋ, ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਸੀਸ ਦਿੱਤੀ ਸੀ ਗੁਰੂ ਕਾ ਲਾਲ ਹੋਵੇਗਾ ਤੁਹਾਡਾ ਪੁੱਤਰ, ਉੱਥੇ ਮਾਤਾ ਸੁੰਦਰ ਕੌਰ ਨੇ ਵੀ ਕਿਹਾ ਤੇਰੇ ਤੇ ਤੇਰੀ ਸੰਤਾਨ ਅੱਗੇ ਸਿੰਘਾ ਚੋਬਦਾਰ ਹੋਣਗੇ। ਬੜੀਆਂ ਵੱਡੀਆਂ ਬਖਸ਼ਿਸ਼ਾਂ ਦੇ ਕੇ ਤੋਰਿਆ ਨਹੀਂ ਸੀ ਚਾਹੁੰਦੇ, ਵਿਛੋੜਾ ਤੇ ਅਸਹਿ ਸੀ, ਪਰ ਫਿਰ ਵੀ ਕੌਮ ਤੇ ਪੰਥ ਦੇ ਭਵਿੱਖ ਵੱਲ ਵੇਖ ਕੇ ਮਾਤਾ ਸੁੰਦਰ ਕੌਰ ਨੇ ਜੱਸਾ ਸਿੰਘ ਦੇ ਕੰਢ ਤੇ ਥਾਪੜਾ ਦੇ ਕੇ ਉਹਨੂੰ ਤੋਰ ਦਿੱਤਾ। ਬਾਗ ਸਿੰਘ ਹੱਲੋਵਾਲੀਆ ਆਪਣੀ ਭੈਣ ਨੂੰ ਤੇ ਭਾਣਜੇ ਨੂੰ ਨਾਲ ਲੈ ਕੇ ਵਾਪਸ ਆਇਆ। ਪਤਾ ਲੱਗਾ ਕਿ ਦਲ ਖਾਲਸੇ ਦਾ ਜਥੇਦਾਰ ਨਵਾਬ ਕਪੂਰ ਸਿੰਘ ਆ ਕਰਤਾਰਪੁਰ ਡੇਰਾ ਲਾ ਕੇ ਬੈਠਾ ਹੈ, ਤੇ ਕਹਿੰਦੇ ਇੱਛਾ ਹੋਈ ਮਨ ਦੇ ਵਿੱਚ ਕਿ ਇੱਕ ਵਾਰ ਜਥੇਦਾਰ ਨੂੰ ਜ਼ਰੂਰ ਮਿਲਿਆ ਜਾਏ। ਤੇ ਜਦੋਂ ਪਹਿਲੀ ਨਜ਼ਰ ਨਵਾਬ ਕਪੂਰ ਸਿੰਘ ਨੇ ਵੇਖਿਆ ਜੱਸਾ ਸਿੰਘ ਆਹਲੂਵਾਲੀਏ ਨੂੰ, ਬਾਗ ਸਿੰਘ ਦੇ ਭਾਣਜੇ ਨੂੰ ਨਜ਼ਰ ਪਛਾਣ ਗਏ। ਜੌਹਰੀ ਪਛਾਣਦਾ ਹੈ, ਹੀਰੇ ਦੀ ਪਰਖ ਜੌਹਰੀ ਨੂੰ ਹੁੰਦੀ ਹੈ। ਕਹਿੰਦੇ ਪੁੱਛਿਆ ਗਿਆ, ਵੱਡੀਆਂ ਬਖਸ਼ਿਸ਼ਾਂ ਸੀ ਜੀਵਨ ਵਿੱਚ ਵਰਤੀਆਂ, ਨਿਭਾਇਆ ਉਸ ਮਰਿਆਦਾ ਨੂੰ। ਇਤਿਹਾਸਕਾਰਾਂ ਨੇ ਗੱਲ ਦੱਸੀ ਹੈ ਕਿ ਜਥੇਦਾਰ ਨਵਾਬ ਕਪੂਰ ਸਿੰਘ ਨੇ ਘੋੜ ਸਵਾਰੀ, ਨੇਜੇਬਾਜ਼ੀ, ਤੀਰ ਅੰਦਾਜ਼ੀ, ਸ਼ਸਤਰ ਵਿਦਿਆ ਦੇ ਵਿੱਚ ਇੰਨਾ ਨਿਪੁੰਨ ਕਰ ਦਿੱਤਾ ਜੱਸਾ ਸਿੰਘ ਆਹਲੂਵਾਲੀਏ ਨੂੰ ਕਿ ਉਹਦੇ ਦਿਲ ਦਾ ਅੰਦਰ ਦਾ ਹਿਰਦੇ ਦਾ ਸਤਿਕਾਰ ਜਿਹੜਾ ਸੀ, ਸਨਮਾਨ ਜਿਹੜਾ ਸੀ, ਹੁਣ ਜੱਸਾ ਸਿੰਘ ਆਹਲੂਵਾਲੀਏ ਵਾਸਤੇ ਸੀ। ਇਹ ਵੀ ਮੰਨਿਆ ਜਾਂਦਾ ਹੈ, ਕਹਿੰਦੇ ਕਿ ਸੇਵਾ ਦਿੱਤੀ ਗਈ ਕਿ ਜਿੰਨੇ ਵੀ ਫੌਜ ਦੇ ਜਥੇਦਾਰ ਸਨ, ਦਲ ਖਾਲਸਾ ਦੇ ਜਥੇਦਾਰ ਜਿਹੜੇ ਸਨ, ਉਹ ਜਥੇਦਾਰ ਸਾਰੇ ਨਵਾਬ ਕਪੂਰ ਸਿੰਘ ਨੂੰ ਜਥੇਦਾਰ ਮੰਨਦੇ ਨੇ ਕਿਉਂਕਿ ਉਹਨਾਂ ਨੂੰ ਨਵਾਬੀ ਮਿਲੀ ਹੈ, ਤੇ ਫਿਰ ਵੀ ਉਹਨਾਂ ਨੇ ਕੌਮ ਤੇ ਪੰਥ ਦੀ ਸੇਵਾ ਕਰਨ ਦਾ ਹੱਕ ਜਿਹੜਾ ਸੀ ਉਹਨਾਂ ਨੇ ਮੰਗਿਆ ਕਿ ਇਹ ਮੇਰੇ ਕੋਲ ਹੱਕ ਨਾ ਖੋਇਆ ਜਾਏ, ਪੰਥ ਦੀ ਕੌਮ ਦੀ ਮੈਂ ਸੇਵਾ ਕਰਨੀ ਹੈ, ਨਵਾਬੀ ਆਈ ਹੈ ਭਾਵੇਂ ਪਹਿਲਾਂ ਪੰਥ ਦੇ ਪੈਰਾਂ ਉੱਤੇ ਰੱਖੋ ਤੇ ਫਿਰ ਇਹਨੂੰ ਮੈਂ ਆਪਣੇ ਆਪ ਪ੍ਰਵਾਨ ਕਰਾਂਗਾ। ਖਿਆਲ ਕਰੋ ਐਸਾ ਹੀ ਹੋਇਆ, ਜਥੇਦਾਰ ਨਵਾਬ ਕਪੂਰ ਸਿੰਘ ਨੇ ਵੇਖਿਆ ਕਿ ਅੱਗੇ ਜੇ ਉਹ ਜਥੇਦਾਰੀ ਨੂੰ ਸੰਭਾਲ ਸਕਦਾ ਹੈ ਉਹ ਇਹ ਜੱਸਾ ਸਿੰਘ ਆਹਲੂਵਾਲੀ ਹੈ। ਤੇ ਕਹਿੰਦੇ ਨੇ ਕਿ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਪਾਉਣ ਦੀ ਸੇਵਾ ਜਿਹੜੀ ਸੀ ਆ ਉਹ ਜੱਸਾ ਸਿੰਘ ਆਹਲੂਵਾਲੀਆਂ ਨੂੰ ਸੌਂਪੀ ਗਈ। ਜ਼ਿਆਦਾ ਸਮਾਂ ਦਿੱਲੀ ਰਹਿਣ ਕਰਕੇ ਛੋਟੀ ਉਮਰ ਵਿੱਚ ਇਹਨਾਂ ਦੀ ਭਾਸ਼ਾ ਦੇ ਵਿੱਚ ਜ਼ਿਆਦਾ ਹਿੰਦੀ ਦੇ ਸ਼ਬਦ ਸੀ, ਹਮਕੋ ਤੁਮਕੋ ਜ਼ਿਆਦਾ ਕਹਿੰਦੇ ਸੀ। ਤੇ ਇੱਕ ਵਾਰੀ ਨਾ ਸਿੰਘਾਂ ਨੇ ਨਕੂਰਾ ਮਾਰਿਆ, ਛੇੜਦੇ ਹੁੰਦੇ ਸੀ ਜ਼ਿਆਦਾ, ਮਖੌਲੀ ਸਿੰਘ ਜਿਹੜੇ ਨੇ ਉਹ ਮਖੌਲ ਕਰ ਲੈਂਦੇ ਨੇ ਇੱਕ ਦੂਜੇ ਨਾਲ। ਤੇ ਜੱਸਾ ਸਿੰਘ ਆਹਲੂਵਾਲੀਆ ਬੜਾ ਗੰਭੀਰ ਸੁਭਾਅ ਦਾ ਸੀ, ਕੁਝ ਸਮਾਂ ਤੇ ਸੁਣਦਾ ਰਿਹਾ ਤੇ ਇੱਕ ਦਿਨ ਜਥੇਦਾਰ ਦੇ ਸਾਹਮਣੇ ਆ ਕੇ ਸਿਰ ਝੁਕਾ ਕੇ ਕਹਿਣ ਲੱਗਾ ਜੀ ਖਿਮਾ ਜਾਚਣਾ, ਮੇਰੇ ਕੋਲੋਂ ਇਹ ਸੇਵਾ ਨਹੀਂ ਹੁੰਦੀ। ਤੇ ਨਵਾਬ ਕਪੂਰ ਸਿੰਘ ਨੇ ਕਾਰਨ ਪੁੱਛਿਆ ਵੀ ਕਿਉਂ, ਕਹਿੰਦਾ ਜੀ ਮੈਨੂੰ ਕੁਝ ਸਿੰਘ ਮਖੌਲ ਕਰਦੇ ਹੈ, ਕੀ ਹੋਇਆ ਜੇ ਮੈਂ ਕੁਝ ਸਮਾਂ ਦਿੱਲੀ ਰਿਹਾ ਤੇ ਦਿੱਲੀ ਰਹਿੰਦਿਆਂ ਹੋਇਆ ਮਾਤਾ ਸੁੰਦਰ ਕੌਰ ਦੇ ਚਰਨਾਂ ਤੋਂ ਜਿੱਥੇ ਪਿਆਰ ਲਿਆ, ਬਖਸ਼ਿਸ਼ਾਂ ਲਈਆਂ, ਮੇਰੀ ਬੋਲੀ ਦੇ ਵਿੱਚ ਹਿੰਦੀ ਸ਼ਬਦ ਜ਼ਿਆਦਾ ਨੇ, ਫਾਰਸੀ ਵੀ ਪੜ੍ਹਿਆ ਹੋਇਆ ਸੀ, ਬੜਾ ਨੀਤੀਵਾਨ ਦੂਰ ਅੰਦੇਸ਼ੀ ਵਾਲਾ ਹੋਇਆ ਜੱਸਾ ਸਿੰਘ ਆਹਲੂਵਾਲੀਆ। ਤੇ ਉਹਨੇ ਆ ਕੇ ਇਹ ਗਿਲਾ ਕੀਤਾ ਕਿ ਕੁਝ ਸਿੰਘ ਮੈਨੂੰ ਮਖੌਲ ਕਰਦੇ, ਹਮਕੋ ਤੁਮਕੋ ਕਹਿੰਦੇ ਨੇ। ਤੇ ਨਵਾਬ ਕਪੂਰ ਸਿੰਘ ਨੇ ਨਾ ਕਲਾਵੇ ਵਿੱਚ ਲੈ ਲਿਆ, ਸੀਨੇ ਲੈ ਕੇ ਆਖਿਆ ਜੱਸਾ ਸਿਆ ਕਿਸ ਪੰਥ ਦੀਆਂ ਗੱਲਾਂ ਕਰਦਾ ਹੈ, ਇਹ ਗਰੀਬ ਨਵਾਜ਼ ਹੈ, ਪੰਥ ਖਾਲਸਾ ਮੇਰੋ ਰੂਪ ਹੈ ਖਾਸ, ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਪੰਥ ਦਾ ਹਿੱਸਾ ਸਿੰਘ, ਇਹ ਪੰਥ ਰੂਪ ਨੇ, ਇਸ ਗਰੀਬ ਨਵਾਜ਼ ਪੰਥ ਨੇ ਮੈਨੂੰ ਘੋੜਿਆਂ ਦੀ ਸੇਵਾ ਕਰਦਿਆਂ ਕਰਦਿਆਂ ਇੱਕ ਨਿਮਾਣੇ ਸਿੱਖ ਤੋਂ ਨਵਾਬ ਬਣਾ ਦਿੱਤਾ, ਉਹ ਕੀ ਪਤਾ ਤੂੰ ਇਹਦੀ ਸੇਵਾ ਕਰੇ ਤੇ ਤੈਨੂੰ ਇਹ ਖਾਲਸਾ ਪੰਥ ਪਾਤਸ਼ਾਹ ਹੀ ਬਣਾ ਦੇਵੇ, ਬਾਦਸ਼ਾਹ ਹੀ ਬਣਾ ਦੇਵੇ। ਇਹ ਸ਼ਬਦ ਫਿਰ ਸੱਚ ਹੋਏ, ਇਹੀ ਸ਼ਬਦ ਸੁਲਤਾਨ ਉਲ ਕੌਮ ਹੈ ਜਿਹੜੇ ਨਵਾਬ ਕਪੂਰ ਸਿੰਘ ਨੇ ਕਹੇ ਨਾ, ਬਈ ਇਸ ਗਰੀਬ ਨਵਾਜ ਪੰਥ ਨੇ ਮੈਨੂੰ ਨਵਾਬੀ ਦੇ ਦਿੱਤੀ ਹੈ, ਪੰਥ ਦੀ ਮੈਂ ਸੇਵਾ ਕੀਤੀ ਹੈ। ਜੱਸਾ ਸਿਆ ਸੇਵਾ ਕਰ ਕੌਮ ਤੇ ਪੰਥ ਦੀ, ਜਿਸ ਗਰੀਬ ਨਵਾਜ ਪੰਥ ਨੇ ਮੈਨੂੰ ਇੱਕ ਨਿਮਾਣੇ ਜਾਂ ਸੇਵਾਦਾਰ ਤੋਂ ਜਥੇਦਾਰ ਸੌਂਪ ਕੇ ਨਵਾਬੀ ਦੇ ਦਿੱਤੀ ਹੈ, ਕੀ ਪਤਾ ਇਹ ਪੰਥ ਦੀ ਰਹਿਮਤ ਹੋ ਗਈ, ਪੰਥ ਦੀ ਰਹਿਮਤ ਭਾਵ ਗੁਰੂ ਦੀ ਬਖਸ਼ਿਸ਼ ਹੋਵੇਗੀ, ਤੈਨੂੰ ਪਾਤਸ਼ਾਹ ਬਣਾ ਦੇਣਗੇ, ਬਾਦਸ਼ਾਹ ਬਣਾ ਦੇਣਗੇ। ਤੇ ਇਹ ਸ਼ਬਦ ਫਿਰ ਕਿਵੇਂ ਸੱਤ ਹੋਏ, ਮੈਂ ਵਾਰ ਕਹਿਣ ਲੱਗਾ ਹਾਂ, ਉਸ ਸਮੇਂ ਦੀ ਵਾਰ ਹੈ ਜਦੋਂ ਸੁਲਤਾਨ ਉਲ ਕੌਮ ਐਲਾਨਿਆ ਗਿਆ ਜੱਸਾ ਸਿੰਘ ਆਹਲੂਵਾਲੀ। ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਸਿੰਘ ਬੈਠੇ ਨੇ, ਇੱਕ ਸੂਇਆ ਸਿੱਖ ਖਬਰ ਲੈ ਕੇ ਆਇਆ, ਕਹਿੰਦਾ ਜੀ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਕਿਲੇ ਨੂੰ ਘੇਰਾ ਪਾ ਲਿਆ ਉਬੈਦ ਖਾਂ ਨੇ, ਲਾਹੌਰ ਦੇ ਹਾਕਮ ਨੇ। ਉਹਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਹ ਅਹਿਮਦ ਸ਼ਾਹ ਅਬਦਾਲੀ ਹੈ, ਪੰਜਵਾਂ ਹਮਲਾ ਕਰਕੇ ਗਿਆ, ਹਾਰ ਕੇ ਗਿਆ। ਜਾਂਦਿਆਂ ਹੋਇਆ ਉਹਨੇ ਇੱਕ ਨੂਰਦੀਨ ਬਾਮੈਜ਼ਈ ਜਰਨੈਲ ਨੂੰ 12,000 ਸਿਪਾ ਸਲਾਰ ਦੇ ਕੇ ਭੇਜਿਆ,
ਚੜਤ ਸਿੰਘ ਸ਼ੁਕਰ ਚੱਕੀਏ ਨੇ ਚਨਾਹ ਕੋਲ ਲਾਗੇ ਆ ਕੇ ਉਹਦਾ ਅੱਗਾ ਰੋਕਿਆ। ਇੱਕ ਲੜਾਈ ਹੋਈ, ਜਿਸ ਲੜਾਈ ਦੇ ਵਿੱਚ ਉਹਦੀ ਫੌਜ ਹਾਰ ਗਈ ਹੈ। ਉਬੈਦ ਖਾਨ ਨੂੰ ਇਹ ਡਰ ਭਾਸਣ ਲੱਗਾ ਕਿ ਮੇਰੀ ਸੂਬੇਦਾਰੀ ਨਾ ਜਾਂਦੀ ਰਹਿ ਕੇ। ਲਾਹੌਰ ਦਾ ਹਾਕਮ ਆ, ਲਾਹੌਰ ਦਾ ਸੂਬੇਦਾਰ ਹਾਂ, ਅਬਦਾਲੀ ਵੱਲੋਂ ਥਾਪਿਆ ਹੋਇਆ। ਇੱਕ ਤਕੜੀ ਫੌਜ ਲੈ ਕੇ ਇਹਨੇ ਚੜਤ ਸਿੰਘ ਸ਼ੁਕਰ ਚੱਕੀਏ ਦੇ ਕਿਲੇ ਨੂੰ ਜਾ ਕੇ ਘੇਰਾ ਪਾ ਲਿਆ। ਲਓ ਪਿਆਰਿਓ, ਸੂਏ ਸਿੱਖ ਨੇ ਆ ਕੇ ਅੰਮ੍ਰਿਤਸਰ ਖਬਰ ਦਿੱਤੀ ਹੈ। ਤੇ ਜਦੋਂ ਇਹ ਖਬਰ ਸੁਣਾਈ ਗਈ ਕਿ ਚੜਤ ਸਿੰਘ ਸ਼ੁਕਰ ਚੱਕੀਏ ਨੂੰ ਘੇਰਾ ਪਾਇਆ ਹੈ, ਲਾਹੌਰ ਦੇ ਸੂਬੇਦਾਰ ਨੇ ਉਬੈਦ ਖਾਨ ਨੇ, ਨਾਂ ਚੇਤੇ ਰੱਖਿਓ, ਉਬੈਦ ਖਾਨ ਬੜਾ ਆਕੜ ਖਾਨ ਸੀ, ਬੜਾ ਹੰਕਾਰੀ ਸੀ। ਇਹ ਸਿੱਖਾਂ ਦੀ ਤਾਕਤ ਨੂੰ ਫਨਾ ਕਰਨਾ ਚਾਹੁੰਦਾ, ਪਰ ਹੋਣਾ ਕੁਝ ਉਲਟ ਹੈ। ਕਹਿੰਦੇ ਜਦੋਂ ਫਿਰ ਇਹ ਸੂਏ ਸਿੱਖ ਨੇ ਖਬਰ ਦਿੱਤੀ, ਮੱਥੇ ਤੇ ਤੂੜੀਆਂ ਪੈ ਗਈਆਂ ਜੱਸਾ ਸਿੰਘ ਆਲੂ ਵਾਲੀਏ ਦੇ। ਇਹਨੇ ਨਾਲ ਲਿਆ ਲਹਿਣਾ ਸਿੰਘ ਨੂੰ, ਹਰੀ ਸਿੰਘ ਭੰਗੀ ਨੂੰ, ਜੈ ਸਿੰਘ ਕਨਈਆ ਨੂੰ ਤੇ ਸੋਭਾ ਸਿੰਘ ਨੂੰ। ਇਹ ਮੰਨੇ ਹੋਏ ਜਰਨੈਲ ਜਿਹੜੇ ਸੀ ਕੌਮ ਦੇ ਜਥੇਦਾਰ, ਇਹਨਾਂ ਨੇ ਆਪਣੀਆਂ ਆਪਣੀਆਂ ਫੌਜਾਂ ਤਿਆਰ ਕੀਤੀਆਂ, ਬਈ ਮੱਕੀਆਂ ਧੌਂਸਿਆਂ ਉੱਤੇ ਖਰ ਖਰਾਖਰ ਕਰਕੇ ਚੋਟਾਂ, ਬਈ ਸਿੰਘ ਘੋੜਿਆਂ ਵੱਲ ਵਧੇ, ਇਹਨਾਂ ਨੂੰ ਵੇਖ ਕੇ ਘੋੜੇ ਹਿਣਕੇ ਉਹਨਾਂ ਨੇ ਅਗਲੇ ਪੌੜ ਚੁੱਕੇ, ਦੁਬਾਰਾ ਜ਼ਮੀਨ ਉੱਤੇ ਰੱਖੇ ਤੇ ਕਰਤ ਸ਼ਾਹ ਆਕਾਸ਼ ਵਿੱਚ ਚਾੜ ਦਿੱਤੀ ਏ। ਰੱਖ ਕੇ ਰਕਾਬਾਂ ਵਿੱਚ ਪੈਰ ਮਾਰ ਕੇ ਪਲਾਕੀਆਂ ਹੋ ਕੇ ਘੋੜਿਆਂ ਤੇ ਸਵਾਰ, ਬਈ ਸੰਭਲ ਕੇ ਹਥਿਆਰ, ਇਹ ਉਬੈਦ ਖਾਨ ਦੀ ਫੌਜ ਤੇ ਇੱਕ ਹੱਲਾ ਕਰ ਰਹੇ ਨੇ ਬਲਵਾਨ। ਜੋਸ਼ ਵਿੱਚ ਆਣ ਕੇ ਦੁਹਾਨ ਥਰ ਲਾਲ ਸੀ, ਮੱਖਣਾ ਜਲਾਲ ਸੀ, ਜੋਸ਼ ਦੇ ਨਾਲ ਸੀ ਉਹ ਕਹਿੰਦਾ ਕਰਜ ਕੇ ਜੱਸਾ ਸਿੰਘ ਦੇ ਜੋਸ਼ ਵਿੱਚ ਆਣ ਕੇ ਜੱਸਾ ਸਿੰਘ ਦੇ ਜੋਸ਼ ਵਿੱਚ ਆਣ ਕੇ ਹੱਲਾ ਫੁੱਲਿਆ ਹੋ ਘੋੜੇ ਸਵਾਰ, ਹਰੀ ਸਿੰਘ ਸੋਭਾ ਸਿੰਘ ਲੈਣਾ ਸਿੰਘ ਤੇ ਹਰੀ ਸਿੰਘ ਸੋਭਾ ਸਿੰਘ ਲੈਣਾ ਸਿੰਘ ਤੇ ਸੋਦੇ ਜਕਾਰੇ ਬੋਲਦੇ ਕੁਝ ਸਤੂ ਸ੍ਰੀ ਅਕਾਲ ਗੁਜਾਰੇ ਕਿਹੜਾ ਆੜੇਗਾ ਖਾਲਸੇ ਸਾਹਮਣੇ ਖਾਲਸੇ ਸਾਹਮਣੇ ਜਿਹਦੇ ਅੰਗ ਸੰਗ ਕਲ ਦੀ ਤਾਰ ਤਲਵਾਰਾਂ ਨੇ ਦੇਖ ਲਿਆ, ਉੱਥੇ ਲੋਥਾਂ ਵਾਲੇ ਲਾਤੇ ਸਵਾਰ, ਮੌਕਾ ਦੇ ਕੇ ਉਬਾਦ ਖਾਨ ਭੱਜਿਆ, ਹਾਂ ਭੱਜਿਆ, ਝੱਟ ਜੰਗ ਵਿੱਚੋਂ ਹੋ ਗਿਆ ਫਰਾਰ।
ਕੇ ਅਬੈਦ ਖਾਨ ਭੱਜਿਆ ਵੇਖ ਕੇ ਅਬੈਦ ਖਾਨ ਭੱਜਿਆ ਉਹ ਜੱਟ ਜੰਗ ਵਿੱਚੋਂ ਹੋ ਗਿਆ ਫਰਾਰ ਤੇਰੀ ਮੂਰੇ ਤੇ ਮਗਰ ਆਉਂਦਾ ਖਾਲਸਾ ਮੂਰੇ ਤੇ ਮਗਰ ਆਉਂਦਾ ਖਾਲਸਾ ਚੋਟ ਨਗਾਰੇ ਉਹਨਾਂ ਚੋਲੇ ਪਹਿਨੇ ਕੇਸਰੀ ਨੀਲੇ ਦਸਤਾਰੇ ਆ ਚੱਕਰ ਸੋਹਦੇ ਸਿਰਾਂ ਤੇ ਜੋ ਚੰਦ ਪਰਵਾਰੇ ਉਹਨਾਂ ਮੱਥੇ ਪਾਈਆਂ ਤਿਊੜੀਆਂ ਅੱਖੀਆਂ ਗਿਆਰੇ ਬਈ ਫਰਕਨ ਡੋਲੇ ਜੋਧਿਆਂ ਪਏ ਆਪ ਮਹਾਰੇ ਉਹਨਾਂ ਟਾਕੇ ਲਾਏ ਪਿਆਰ ਕਰ ਖੰਡੇ ਦੋ ਧਾਰੇ ਉਹਨਾਂ ਪੱਥੇ ਭਰੇ ਕਰੁੰਡੀਏ ਅਣਖੀਲੇ ਸਾਰੇ ਆ ਚੜੇ ਆਉਂਦੇ ਨੇ ਸੂਰਮੇ ਛੱਡ ਦੇ ਜੈਕਾਰੇ ਧਰਮ ਯੁੱਧ ਦਾ ਚਾਅ ਚੜਿਆ ਕਹਿੰਦੇ ਇਸ ਵਾਰ ਫੈਸਲਾ ਹੋ ਜਾਣਾ ਚਾਹੀਦਾ ਕਿ ਲਾਹੌਰ ਦਰਬਾਰ ਉੱਤੇ ਕਬਜ਼ਾ ਕਿਹਦਾ ਰਹੇਗਾ ਉਬੈਦ ਖਾਨ ਟਾਕਰੇ ਤੇ ਹੈ ਚੜ੍ਹਤ ਸਿੰਘ ਸ਼ੁਕਰੀਆ ਚੱਕੀਆ ਦਾ ਇੱਕ ਕਿਲ੍ਹਾ ਜਿਹੜਾ ਗੁਜਰਾਂਵਾਲ ਹੈ ਉਸ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਲੜ ਰਿਹਾ ਹੈ ਸੂਰਮਾ ਪਤਾ ਲੱਗਾ ਭਰਾ ਆ ਗਏ ਨੇ ਦਲ ਖਾਲਸੇ ਦਾ ਜਥੇਦਾਰ ਨਵਾਬ ਕਪੂਰ ਸਿੰਘ ਤੋਂ ਥਾਪਿਆ ਹੋਇਆ ਜੱਸਾ ਸਿੰਘ ਆਲੂ ਵਾਲੀਆ ਆ ਗਿਆ ਉਹਦੇ ਨਾਲ ਜਥੇਦਾਰ ਲਹਿਣਾ ਸਿੰਘ ਹੈ ਜਥੇਦਾਰ ਸੋਭਾ ਸਿੰਘ ਹੈ ਜਥੇਦਾਰ ਜੈ ਸਿੰਘ ਕਨਹੱਈਆ ਹੈ ਜਥੇਦਾਰ ਗੁਜਰ ਸਿੰਘ ਹੈ ਇਹ ਜਰਨੈਲ ਆਪੋ ਆਪਣਾ ਜੱਥਾ ਲੈ ਕੇ ਆਏ ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ ਉੱਥੇ ਤੀਰ ਧਿਆਏ ਰੱਤ ਦੇ ਚਿੱਲਿਆਂ ਤੋਂ ਫੁੱਟੇ ਕਿੱਖਾਂ ਹੋਈਆਂ ਛਾਨਣੀ ਕਈ ਮੱਥੇ ਫੁੱਟੇ ਲੱਤ ਗਏ ਸਿਰ ਧੜਾਂ ਤੋਂ ਧੜ ਰਹਿ ਗਏ ਬੁੱਢੇ ਕਿਧਰੇ ਤੀਰ ਕਿਧਰੇ ਤਲਵਾਰਾਂ ਢਾਲਾਂ ਤੇ ਕਿਰਪਾਨਾਂ ਖੜਕੀਆਂ ਲੋਹੇ ਤੇ ਲੋਹਾ ਖੜ 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 ਬਈ ਖੜ ਖੜ ਖੜਕਣ ਲੱਗਾ ਮੈਦਾਨੇ ਜੰਗ ਵਿੱਚ ਜਿੱਤ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਵੱਲ ਗੁਰੂ ਆਪ ਹੋਵੇ ਦੁਕਾਲੰਗ ਪ੍ਰਣਾਸੀ ਦਿਆਲੰਗ ਸੁਰੂਪੇ ਸਦਾ ਅੰਗ ਸੰਗੇ ਅਭੰਗੰਗ ਬਹੁਤੇ ਕਹਿੰਦੇ ਐਸਾ ਜੰਗ ਹੋਇਆ ਉਬੈਦ ਖਾਨ ਨੂੰ ਭਾਜੜਾ ਪੈ ਗਿਆ ਲਾਹੌਰ ਦਾ ਹਾਕਮ ਇਸ ਖਿਆਲ ਵਿੱਚ ਆਇਆ ਸੀ ਕਹਿੰਦਾ ਨੂਰਦੀਨ ਬਾਮੈਜ਼ਈ ਦੇ ਹਮਲੇ ਦੀ ਹਾਰ ਦਾ ਮੈਂ ਸਿੰਘਾਂ ਦੇ ਕੋਲੋਂ ਬਦਲਾ ਲੈਣਾ ਤੇ ਕਹਿੰਦੇ ਉਸ ਵੇਲੇ ਇਹਨੇ ਆਉਂਦਿਆਂ ਹੋਇਆ ਇੱਕ ਕਹਿਰੀ ਹਮਲਾ ਕੀਤਾ ਤੇ ਉਸ ਹਮਲੇ ਨੂੰ ਰੋਕਦਿਆਂ ਹੋਇਆ ਖਾਲਸੇ ਨੇ ਬੜੀ ਚੜ੍ਹਤ ਦੇ ਨਾਲ ਇਸ ਹੱਲੇ ਨੂੰ ਨਕਾਰਾ ਕਰ ਦਿੱਤਾ ਕਲਗੀਧਰ ਦੇ ਵੀਰ ਬਹਾਦਰ ਯੋਧੇ ਪੁੱਤਰ ਢਾਲਾਂ ਤੇ ਕਿਰਪਾਨਾਂ ਖੰਡੇ ਖੜਕਾਉਂਦੇ ਹੋਏ ਅਬੈਦ ਖਾਨ ਦੇ ਗਲ ਪੈ ਗਏ ਚਫੇਰ ਉਹ ਹੱਲੇ ਤੇ ਹੱਲਾ ਹੱਲੇ ਤੇ ਹੱਲਾ ਹੋ ਰਿਹਾ ਅਬੈਦ ਖਾਨ ਨੂੰ ਭੱਜਦਿਆਂ ਰਾਹ ਨਹੀਂ ਸੀ ਲੱਭਦਾ ਵੀ ਇਹ ਕੀ ਹੋ ਗਿਆ ਕਹਿੰਦਾ ਮੈਂ ਤੇ ਸੋਚਿਆ ਸੀ ਬਈ ਸਿੰਘਾਂ ਦਾ ਇੱਕੋ ਹੀ ਜਥੇਦਾਰ ਹੈ ਚੜ੍ਹਤ ਸਿੰਘ ਜਿਹੜਾ ਅਬਦਾਲੀ ਨੂੰ ਆਉਂਦਿਆਂ ਹੋਇਆਂ ਵੀ ਮਿਲਦਾ ਤੇ ਜਾਂਦਿਆਂ ਹੋਇਆਂ ਵੀ ਛੱਡ ਕੇ ਆਉਂਦਾ ਅਬਦਾਲੀ ਨੂੰ ਆਉਂਦਿਆਂ ਵੀ ਮਿਲਦਾ ਚਨਾਹ ਦੇ ਕੋਲ ਤੇ ਉਹਨੂੰ ਛੱਡਣ ਵਾਸਤੇ ਵੀ ਜਾਂਦਾ ਹੈ ਚੜ੍ਹਤ ਸਿੰਘ ਸ਼ੁਕਰ ਚੱਕੀਆ ਖਿਆਲ ਕਰੋ ਐਸਾ ਵੀਰ ਬਹਾਦਰ ਯੋਧਾ ਹੋਇਆ ਹੈ ਤੇ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਇਹ ਸਾਥੀ ਜਿਹੜੇ ਨੇ ਕੌਮ ਦੇ ਮਹਾਨ ਜਥੇਦਾਰ ਉਹਨਾਂ ਨੇ ਸਮੇਂ ਦੇ ਨਾਲ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਪਾਉਂਦਿਆਂ ਹੋਇਆ ਹੈ ਇਹ ਵੱਡੇ ਵੱਡੇ ਯੋਧੇ ਸੂਰਮੇ ਮੈਦਾਨੇ ਜੰਗ ਵਿੱਚ ਤੇਗਾਂ ਖੰਡੇ ਖੜਕਾਉਂਦੇ ਰਹੇ ਤੇ ਅੱਜ ਖਾਲਸੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਖਿਮਾ ਮੰਗੀ ਇਸ ਗੱਲ ਦੀ ਕਿ ਅੱਜ ਅਸੀਂ ਫੈਸਲਾ ਕਰਨਾ ਹੈ ਕਿ ਲਾਹੌਰ ਉੱਤੇ ਕਬਜ਼ਾ ਉਬੈਦ ਖਾਨ ਦਾ ਰਹੇਗਾ ਕਿ ਸਾਡਾ ਹੋਏਗਾ ਜਾਨ ਬਚਾ ਕੇ ਉਬੈਦ ਖਾਨ ਲਾਹੌਰ ਦੇ ਕਿਲ੍ਹੇ ਵੱਲ ਭੱਜਿਆ ਤੇ ਕਹਿੰਦੇ ਫਿਰ ਭੱਜੇ ਜਾਂਦੇ ਤੇ ਵਾਰ ਤੇ ਨਹੀਂ ਕਰਨਾ ਇਹ ਖਾਲਸੇ ਦਾ ਧਰਮ ਹੈ ਨਾ ਪਰ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਆ ਪਿਆਰਿਓ ਅੱਗੇ ਅੱਗੇ ਉਬੈਦ ਖਾਨ ਹੈ ਤੇ ਪਿੱਛੇ ਪਿੱਛੇ ਖਾਲਸਾ ਫੌਜ ਹੈ ਆਖਰ ਉਬੈਦ ਖਾਨ ਕਿਲ੍ਹੇ ਦੇ ਵਿੱਚ ਪਿਆ ਤੇ ਉਡੀਕ ਰਿਹਾ ਸੀ ਸਿੰਘਾਂ ਨੂੰ ਸਿੰਘਾਂ ਨੇ ਘੇਰਾ ਇੰਨਾ ਸਖ਼ਤ ਕਰ ਦਿੱਤਾ ਮਜ਼ਬੂਰ ਹੋ ਗਿਆ ਕਿਲ੍ਹਾ ਛੱਡਣ ਤੇ ਆਖਰ ਬੋਲੇ ਸੋ ਨਿਹਾਲ ਦੇ ਜਕਾਰੇ ਛੱਡਦੇ ਹੋਏ ਖਾਲਸੇ ਲਾਹੌਰ ਦੇ ਕਿਲ੍ਹੇ ਦੇ ਵਿੱਚ ਦਾਖਲ ਹੋਏ ਨੇ ਤੇ ਇੱਥੇ ਪੰਥ ਨੇ ਫਿਰ ਜੱਸਾ ਸਿੰਘ ਆਲੂ ਵਾਲੀਏ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਕਿਵੇਂ ਦਿੱਤਾ ਹੈ ਤਿੰਨ ਕੁ ਮਿੰਟ ਦੀ ਕਵਿਤਾ ਸੁਲਤਾਨਪੁਰ ਲੋਧੀ ਡੱਲਾ ਸਾਹਿਬ ਦੀ ਜਥਾ ਹੈ
ਦਲ ਖਾਲਸੇ ਨੇ ਬਾਦਸ਼ਾਹ ਬਣਾਇਆ ਜੱਸਾ ਸਿੰਘ ਆਲੂ ਵਾਲਿਆ ਦਲ ਖਾਲਸੇ ਨੇ ਬਾਦਸ਼ਾਹ ਬਣਾਇਆ ਜੱਸਾ ਸਿੰਘ ਆਲੂ ਵਾਲਿਆ ਕਰ ਗਿਆ ਫਤਿਹ ਸਿੰਘ ਕਿਲਾਇਆ ਲਾਹੌਰ ਦਾ ਲਾਲ ਜਥੇਦਾਰ ਸਿਰ ਮਾਰਦਾ ਕਰ ਗਿਆ ਫਤਿਹ ਸਿੰਘ ਕਿਲਾਇਆ ਲਾਹੌਰ ਦਾ ਲਾਲ ਜਥੇਦਾਰ ਸਿਰ ਮਾਰਦਾ ਕਿੱਥੇ ਹੋਏ ਸਿੰਘ ਸਾਰੇ ਛੱਡ ਦੇ ਜਕਾਰੇ ਕਿੱਥੇ ਹੋਏ ਸਿੰਘ ਸਾਰੇ ਛੱਡ ਦੇ ਜਕਾਰੇ ਰਾਜ ਵਾਲੇ ਸੀ ਸਿੰਘਾਸਣ ਬਿਠਾਇਆ ਜੱਸਾ ਸਿੰਘ ਆਲੂ ਵਾਲਿਆ ਦਲ ਖਾਲਸੇ ਨੇ ਬਾਦਸ਼ਾਹ ਬਣਾਇਆ ਜੱਸਾ ਸਿੰਘ ਆਲੂ ਵਾਲਿਆ ਸੁੰਦਰੀ ਦਾ ਅੱਜ ਪੂਰਾ ਹੋ ਗਿਆ ਕੰਮ ਵਾਲਾ ਆਗੂ ਬਣ ਕੇ ਖਿਲੋ ਗਿਆ ਕਿਹਾ ਮਾਤਾ ਸੁੰਦਰੀ ਦਾ ਅੱਜ ਪੂਰਾ ਹੋ ਗਿਆ ਕੰਮ ਵਾਲਾ ਆਗੂ ਬਣ ਕੇ ਖਿਲੋ ਗਿਆ ਬੋਲੇ ਬੋਲ ਛੋਟ ਬਾਬ ਮਿਲ ਗਾ ਖਿਤਾਬ ਬੋਲੇ ਬੋਲ ਛੋਟ ਬਾਬ ਮਿਲ ਗਾ ਖਿਤਾਬ ਸੁਲਤਾਨ ਉਲ ਕੌਮ ਕਹਾਇਆ ਜੱਸਾ ਸਿੰਘ ਆਲੂ ਵਾਲਿਆ ਕਿਤੇ ਬੜੇ ਖਾਲਸੇ ਦੇ ਰਾਜ ਦੇ ਮਾਲਕ ਬਣਨੇ ਸਿੰਘ ਤੱਕ ਤੋਤੇ ਤਾਜ ਦੇ ਸਿੱਕੇ ਜਾਰੀ ਕੀਤੇ ਬੜੇ ਖਾਲਸੇ ਦੇ ਰਾਜ ਦੇ ਮਾਲਕ ਬਣਨੇ ਸਿੰਘ ਤੱਕ ਤੋਤੇ ਤਾਜ ਦੇ ਦੇਸ਼ ਆਪਣਾ ਪੰਜਾਬ ਹੋ ਖਾਲਸਾ ਆਜ਼ਾਦ ਦੇਸ਼ ਆਪਣਾ ਪੰਜਾਬ ਹੋ ਖਾਲਸਾ ਆਜ਼ਾਦ ਲੋਕਾਂ ਤਾਈਂ ਸੱਚ ਸੱਚ ਰਸਣਾਇਆ ਜੱਸਾ ਸਿੰਘ ਆਲੂ ਵਾਲਿਆ ਖਾਲਸੇ ਨੇ ਬਾਦਸ਼ਾਹ ਬਣਾਇਆ ਜੱਸਾ ਸਿੰਘ ਆਲੂ ਵਾਲਿਆ ਦਲ ਖਾਲਸੇ ਨੇ ਬਾਦਸ਼ਾਹ ਬਣਾਇਆ ਜੱਸਾ ਸਿੰਘ ਆਲੂ ਵਾਲਿਆ ਇਹ ਦੂਸਰੀ ਵਾਰੀ ਸੀ ਜਦੋਂ ਖਾਲਸਾ ਰਾਜ ਦਾ ਐਲਾਨ ਹੋਇਆ ਪਹਿਲੀ ਵਾਰੀ ਸਰਹੰਦ ਜਿੱਥੋਂ ਆਵਾਜ਼ ਆ ਰਹੀ ਸੀ ਹਮ ਆਪਣੀ ਜਾਨ ਦੇ ਕਰ ਔਰੋਂ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਂਵ ਹਮ ਸਰ ਪਰ ਉਠਾ ਚੱਲੇ ਗੁਰਿਆਈ ਕਾ ਕਿੱਸਾ ਇਸ ਜਹਾਂ ਮੇਂ ਬਣਾ ਚੱਲੇ ਸਿੱਖੋ ਕੀ ਹਕੂਮਤ ਕਾ ਪੌਦਾ ਲਗਾ ਚੱਲੇ ਕੌਣ ਕਹਿ ਰਹੇ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਿੱਖੋ ਕੀ ਹਕੂਮਤ ਕਾ ਪੌਦਾ ਲਗਾ ਚੱਲੇ ਇਹ ਗੁਰਿਆਈ ਸੇ ਤਖ਼ਤ ਤੋਂ ਤਾਜ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਮੋਹਰ ਤੇ ਸਿੱਕੇ ਜਾਰੀ ਕੀਤੇ ਮੋਹਰ ਉੱਤੇ ਲਿਖਿਆ ਹੋਇਆ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜਾਫਤ ਆਸ ਨਾਨਕ ਗੁਰੂ ਗੋਬਿੰਦ ਸਿੰਘ ਕਿਤੇ ਆਪਣਾ ਨਾਂ ਨਹੀਂ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਜੀਵਨ ਵਿੱਚ ਵਰਤੀਆਂ ਤੇ ਸਭ ਕੁਝ ਤਨ ਮਨ ਧਨ ਸਭ ਸੌਂਪ ਗੁਰੂ ਕੋ ਇੱਥੇ ਤੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਏ ਦੂਜੀ ਵਾਰੀ ਖਾਲਸਾ ਰਾਜ ਦਾ ਐਲਾਨ ਹੋਇਆ ਲਾਹੌਰ ਜਦੋਂ ਸੁਲਤਾਨ ਉਲ ਕੌਮ ਦੀ ਪਦਵੀ ਜੱਸਾ ਸਿੰਘ ਆਲੂ ਵਾਲੀਏ ਨੂੰ ਦਲ ਖਾਲਸੇ ਨੇ ਦਿੱਤੀ ਹੈ ਤੇ ਖਿਆਲ ਕਰੋ ਉਦੋਂ ਫਿਰ ਇਹ ਦੂਜੀ ਵਾਰੀ ਮੋਹਰ ਤੇ ਸਿੱਕੇ ਜਾਰੀ ਹੋਏ ਨੇ ਤੇ ਕੌਮ ਦਾ ਬਾਦਸ਼ਾਹ ਪ੍ਰਵਾਨ ਹੋਇਆ ਕੌਮ ਨੂੰ
ਜੱਸਾ ਸਿੰਘ ਆਲੂਵਾਲੀਆ ਆਉਣ ਵਾਲੇ ਸਮੇਂ ਵਿੱਚ ਬੜੀਆਂ ਵੱਧ ਵੱਧ ਕੇ ਤੇਗਾਂ ਮਾਰੀਆਂ। ਬੜਾ ਵੱਡਾ ਇਤਿਹਾਸ ਹੈ ਕੌਮ ਦੇ ਯੋਧੇ ਜਰਨੈਲ ਦਾ। ਨੀਯਤ ਕੀਤਾ ਸਮਾਂ ਤੇ ਸਮਾਪਤ ਹੈ। ਵੀਰਾਂ ਵੱਲੋਂ ਹੁਕਮ ਲਾਇਆ ਬਈ ਲੈਕਚਰ ਥੋੜ੍ਹਾ ਘੱਟ ਕਰਕੇ ਥੋੜ੍ਹੇ ਮਿੰਟਾਂ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਵਾਰ ਜ਼ਰੂਰ ਪੜ੍ਹ ਦਿਓ। ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਤਿਕਾਰ ਸਨਮਾਨ ਦੇਣਾ ਚਾਹੁੰਦਾ ਹਾਂ ਬਹੁਤ ਹੀ ਪਾਕ ਪਵਿੱਤਰ ਨਿਰਮਲ ਆਤਮਾ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ। ਬੜੀ ਵੱਡੀ ਕਮਾਈ ਹੈ, ਉਹਨਾਂ ਨੂੰ ਜੀ ਆਇਆਂ ਕਹਿਣਾ ਜਕਾਰੇ ਰੂਪ ਵਿੱਚ। ਇੱਕ ਵਾਰੀ ਸਾਰੇ ਮਿਲ ਕੇ ਹੁੰਗਾਰਾ ਭਰੋ, ਬੋਲੋ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਸਾਰੇ ਵੀਰਾਂ ਵੱਲੋਂ ਸੰਗਤ ਵੱਲੋਂ ਮਹਾਂਪੁਰਖਾਂ ਨੂੰ ਬਹੁਤ ਬਹੁਤ ਜੀ ਆਇਆਂ। ਸਮੇਂ 'ਚੋਂ ਸਮਾਂ ਕੱਢ ਕੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਸੇਵਾ ਕਰਨ ਵਾਸਤੇ ਪਹੁੰਚੇ ਨੇ। ਢਾਡੀ ਜੱਥੇ ਵੱਲੋਂ ਵੀ ਸਤਿਕਾਰ ਹੈ ਕਿਉਂਕਿ ਬੜੀ ਵੱਡੀ ਕਮਾਈ ਹੈ ਪਿਆਰੋ, ਬੜੀ ਵੱਡੀ ਕੌਮ ਅਤੇ ਪੰਥ ਨੂੰ ਦੇਣ ਹੈ। ਲਓ ਲੈਕਚਰ ਬਹੁਤਾ ਨਹੀਂ ਕਰਨਾ ਬਈ, ਜੋ ਹੱਕਾਂ ਦਾ ਰਖਵਾਲਾ ਸੀ ਕਿਹਨੂੰ ਕਹਿੰਦੇ ਪਿੰਡਰਾਂ ਵਾਲਾ ਸੀ, ਸੁਣੋ ਉਹਦੇ ਹੱਥ ਵਿੱਚ ਫੜਿਆ ਤੀਰ ਸੀ ਬਈ, ਕੱਲ 3 ਫੁੱਟੀ ਸ਼ਮਸ਼ੀਰ ਸੀ। ਉਹਦਾ ਨਾਂ ਸੁਣ ਕੇ ਸੀ ਕੰਬਦੇ ਕਈ ਲੀਡਰ, ਡਰ ਡਰ ਰਹਿੰਦੇ। ਉਹ ਸੀ ਸੰਤ ਜਰਨੈਲ ਸਿੰਘ, ਉਹਨੂੰ ਪਿੰਡਰਾਂ ਵਾਲਾ ਕਹਿੰਦੇ। ਤੀਰ ਹੱਥ ਵਿੱਚ ਫੜਿਆ ਇੱਕ ਨਿਸ਼ਾਨਾ ਹੈ ਕੌਮ ਵਾਸਤੇ, ਕਿ ਰਾਜ ਭਾਗ ਤਖਤੋਂ ਤਾਜ ਕਦੇ ਤਰਲਿਆਂ ਨਾਲ ਨਹੀਂ ਮਿਲਦੇ, ਕੋਈ ਕਿਸੇ ਕੋ ਰਾਜ ਨਾ ਦੇ ਲੈਂਦੇ ਹੈ। ਜੋ ਲੈ ਹੈ ਨਿਜ ਬਲ ਸੇ ਲੈ ਹੈ। ਖਿਆਲ ਕਰੋ ਇਸ ਮਿਸ਼ਨ ਦੀ ਪੂਰਤੀ ਵਾਸਤੇ ਹੱਥ ਵਿੱਚ ਤੀਰ ਜਿਹੜਾ ਸੀ। ਮੈਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਕੀ ਸਿਫਤ ਕਰਾਂ, ਆ ਚਾਰ ਕਬੰਧ ਉਹਨਾਂ ਨੂੰ ਭੇਟਾ ਕਰ ਰਿਹਾ ਹਾਂ ਬਈ। ਜੋ ਹੱਕਾਂ ਦਾ ਰਖਵਾਲਾ ਸੀ ਕਿਹਨੂੰ ਕਹਿੰਦੇ ਪਿੰਡਰਾਂ ਵਾਲਾ ਸੀ, ਉਹਦੇ ਹੱਥ ਵਿੱਚ ਫੜਿਆ ਤੀਰ ਸੀ, ਆ ਗੱਲ 3 ਫੁੱਟ ਦੀ ਸ਼ਮਸ਼ੀਰ ਸੀ। ਉਹਦਾ ਨਾਂ ਸੁਣ ਕੇ ਸੀ ਕੰਬਦੇ ਕਈ ਲੀਡਰ, ਡਰ ਡਰ ਰਹਿੰਦੇ। ਉਹ ਸੀ ਸੰਤ ਜਰਨੈਲ ਸਿੰਘ, ਉਹਨੂੰ ਪਿੰਡਰਾਂ ਵਾਲਾ ਕਹਿੰਦੇ। ਉਹਦੇ ਵੇਖ ਪਾਇਆ ਪਸਤੌਲ ਸੀ, ਦੁਸ਼ਮਣ ਨੂੰ ਪੈਂਦੇ ਹੌਲ ਸੀ ਬਈ, ਕੱਦ ਉੱਚਾ ਤੇ ਬਾਹਾਂ ਲੰਮੀਆਂ ਸੀ, ਜੋ ਅਣਖ ਗੈਰਤ ਦੀਆਂ ਥੰਮੀਆਂ ਸੀ। ਉਹ ਵਿੱਚ ਪੰਜਾਬ ਦੇ ਰਹਿੰਦਾ ਦਿੱਲੀ ਪਰਛਾਵੇਂ ਪੈਂਦੇ। ਸੰਤ ਜਰਨੈਲ ਸਿੰਘ, ਉਹਨੂੰ ਪਿੰਡਰਾਂ ਵਾਲਾ ਕਹਿੰਦੇ। ਉਹ ਜਦ ਤਕਰੀਰਾਂ ਕਰਦਾ ਸੀ ਦਿੱਲੀ ਦਾ ਹਾਕਮ ਡਰਦਾ ਸੀ, ਉਹਦੇ ਨਾਲ ਸੀ ਫੌਜ ਦਲੇਰਾਂ ਦੀ, ਸਿੰਘ ਚੋਦੇ ਖਾੜਕੂ ਸ਼ੇਰਾਂ ਦੀ, ਜੋ ਹੁੰਦੇ ਅਣਖੀਲੇ ਮਰਦ ਸਾਗਰਾ ਕਦੇ ਚੁੱਪ ਕਰਕੇ ਨਹੀਂ ਬਹਿੰਦੇ। ਉਹ ਸੀ ਸੰਤ ਜਰਨੈਲ ਸਿੰਘ, ਉਹਨੂੰ ਪਿੰਡਰਾਂ ਵਾਲਾ ਕਹਿੰਦੇ। ਤੇ ਆਪਣੀ ਕਲਮ ਤੋਂ ਇੱਕ ਖੁੱਲੀ ਚਿੱਠੀ, ਸਤਿ ਸ੍ਰੀ ਅਕਾਲ ਗੌੜਾ ਸੱਚ ਸਿਆਣਿਆ ਆਖਿਆ, ਜੇਕਰ ਕਹੀਏ ਤਾਂ ਲੋਕੀ ਭੜਕਦੇ ਨੇ। ਬੋਲ ਅੱਜ ਵੀ ਪਿੰਡਰਾਂ ਵਾਲਿਆਂ ਦੇ ਵਾਂਗ ਕੰਡਿਆਂ ਕਈਆਂ ਦੇ ਰੜਕਦੇ ਨੇ। ਫੋਟੋ ਜੋਧੇ ਜਰਨੈਲ ਦੀ ਵੇਖ ਕੇ ਤੇ ਔਖੀ ਪੰਥ ਦੇ ਬਹੁਤ ਹੀ ਤੜਫਦੇ ਨੇ। ਸਾਗਰ ਸਦਕੇ ਉਸ ਸੰਤ ਸਿਪਾਹੀ ਉੱਤੋਂ ਜਿਹਦਾ ਨਾਂ ਲਿਆ ਡੌਲੇ, ਫੜਕਦੇ ਨੇ। ਇੰਦਰਾ ਦੇ ਨਾਂ ਤੇ ਇੱਕ ਖੁੱਲੀ ਚਿੱਠੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ। ਸਿੰਘ ਸਿੱਖੇ ਨਾ ਗੁਲਾਮੀ ਵਿੱਚ ਰਹਿਣਾ, ਸਿੰਘ ਸਿੱਖੇ ਨਾ ਗੁਲਾਮੀ ਵਿੱਚ ਰਹਿਣਾ, ਸਦਾ ਮੌਜ ਵਿੱਚ ਕਰਦੇ ਗੁਜ਼ਾਰੇ। ਮੁੱਖ ਪਿੰਡਰਾਂ ਵਾਲੇ ਨੇ ਫੁਰ ਮਾਤਾ, ਪ੍ਰਭੂ ਖਾਲਸਾ ਆਜ਼ਾਦ ਸਰਕਾਰੇ। ਮੁੱਖ ਪਿੰਡਰਾਂ ਵਾਲੇ ਨੇ ਫੁਰ ਮਾਤਾ, ਪ੍ਰਭੂ ਖਾਲਸਾ ਆਜ਼ਾਦ ਸਰਕਾਰੇ। ਅਸੀਂ ਕੱਟ ਕੇ ਗੁਲਾਮੀ ਦੀਆਂ ਰੱਸੀਆਂ, ਅਸੀਂ ਦੇਸ਼ ਨੂੰ ਆਜ਼ਾਦ ਕਰਿਆ। ਦੇਸ਼ ਦੀ ਆਜ਼ਾਦ ਸਰਕਾਰ ਨੇ ਹੈ ਸਾਨੂੰ ਬਰਬਾਦ ਕਰਿਆ। ਅਸੀਂ ਕੱਟ ਕੇ ਗੁਲਾਮੀ ਦੀਆਂ ਰੱਸੀਆਂ, ਅਸੀਂ ਦੇਸ਼ ਨੂੰ ਆਜ਼ਾਦ ਕਰਿਆ। ਦੇਸ਼ ਦੀ ਆਜ਼ਾਦ ਸਰਕਾਰ ਨੇ ਹੈ ਸਾਨੂੰ ਬਰਬਾਦ ਕਰਿਆ। ਜੋਧੇ ਆਪਣੇ ਪੈਰਾਂ ਦੇ ਅੱਗੇ ਤੁਰਦੇ, ਜੋਧੇ ਆਪਣੇ ਪੈਰਾਂ ਦੇ ਅੱਗੇ ਤੁਰਦੇ, ਲੈਂਦੇ ਗੈਰਾਂ ਦੇ ਨਾ ਕਦੇ ਸਹਾਰੇ। ਮੁੱਖ ਪਿੰਡਰਾਂ ਵਾਲੇ ਨੇ ਫੁਰ ਮਾਤਾ, ਖਾਲਸਾ ਆਜ਼ਾਦ ਸਰਕਾਰੇ। ਮੁੱਖ ਪਿੰਡਰਾਂ ਵਾਲੇ ਨੇ ਫੁਰ ਮਾਤਾ, ਖਾਲਸਾ ਆਜ਼ਾਦ ਸਰਕਾਰੇ। ਕਿਸੇ ਨੂੰ ਡਰਾਈਏ, ਇਹ ਗੁਰਾਂ ਨੇ ਸਿਖਾਇਆ ਸਿੱਖ ਨੂੰ। ਯਾਰ ਭਾਰਤ ਚ ਮਿਲੀ ਹੈ ਆਜ਼ਾਦੀ, ਵਿੱਚ ਦੇ ਲੋਕ ਹਾਰੇ ਕਿਨੂੰ। ਨਹੀਂ ਡਰੀਏ ਨਾ ਕਿਸੇ ਨੂੰ ਡਰਾਈਏ, ਇਹ ਗੁਰਾਂ ਨੇ ਸਿਖਾਇਆ ਸਿੱਖ ਨੂੰ। ਯਾਰ ਭਾਰਤ ਚ ਮਿਲੀ
ਮਿਲੀ ਏ ਆਜ਼ਾਦੀ ਵਸਦੇ ਲੋਕ ਹਰ ਇੱਕ ਨੂੰ ਸਿੰਘ ਹੱਕਾਂ ਦੀ ਲੜਾਈ ਸਦਾ ਲੜਦੇ ਸਿੰਘ ਹੱਕਾਂ ਦੀ ਲੜਾਈ ਸਦਾ ਲੜਦੇ ਉਹ ਚੁੱਪਦੇ ਨਹੀਂ ਉਹ ਕਿਸੇ ਦਾ ਖਲਾਰੇ ਮੁਖ ਭਿੰਡਰਾਂ ਵਾਲੇ ਨੇ ਪਰਮਾਤਾ ਰਹੁ ਖਾਰ ਸਹਿਜਾਦ ਸਰਕਾਰੇ ਮੁਖ ਭਿੰਡਰਾਂ ਵਾਲੇ ਨੇ ਪਰਮਾਤਾ ਰਹੁ ਖਾਰ ਸਹਿਜਾਦ ਸਰਕਾਰੇ ਸਾਨੂੰ ਅੱਤਵਾਦੀ ਵੱਖਵਾਦੀ ਆਖ ਕੇ ਸਾਡੇ ਨਾਲ ਤੇ ਰਾਜਾ ਕਰਨਾ ਜਦ ਮਹੀ ਪਿਆਰ ਦੇ ਹਾਂ ਪੁੱਤਲੇ ਦਿਲ ਸਦਾ ਸਾਂਝਾ ਕਰਨਾ ਸਾਨੂੰ ਅੱਤਵਾਦੀ ਵੱਖਵਾਦੀ ਆਖ ਕੇ ਸਾਡੇ ਨਾਲ ਤੇ ਰਾਜਾ ਕਰਨਾ ਜਦ ਮਹੀ ਪਿਆਰ ਦੇ ਹਾਂ ਪੁੱਤਲੇ ਦਿਲ ਸਦਾ ਸਾਂਝਾ ਕਰਨਾ ਅਸੀਂ ਪਿਆਰ ਨੂੰ ਪਿਆਰ ਵਿੱਚ ਰੱਖੀਏ ਅਸੀਂ ਪਿਆਰ ਨੂੰ ਪਿਆਰ ਵਿੱਚ ਰੱਖੀਏ ਉੱਚ ਜਾਤੀ ਵੱਲ ਸਦਾ ਹੀ ਤਿਆਰ ਦੇ ਮੁਖ ਭਿੰਡਰਾਂ ਵਾਲੇ ਨੇ ਪਰਮਾਤਾ ਰਹੁ ਖਾਰ ਸਹਿਜਾਦ ਸਰਕਾਰੇ ਮੁਖ ਭਿੰਡਰਾਂ ਵਾਲੇ ਨੇ ਪਰਮਾਤਾ ਰਹੁ ਖਾਰ ਸਹਿਜਾਦ ਸਰਕਾਰੇ ਮੁਖ ਭਿੰਡਰਾਂ ਵਾਲੇ ਨੇ ਪਰਮਾਤਾ ਰਹੁ ਖਾਰ ਸਹਿਜਾਦ ਸਰਕਾਰੇ ਸਮੇਂ ਦੀ ਕਦਰ ਕਰਦਿਆਂ ਸ਼ਬਦਾਂ ਨੂੰ ਇੱਥੇ ਸੰਕੋਚਦੇ ਹਾਂ ਜੀ ਕੋਟਾਨ ਕੋਟ ਕੋਟ ਵਾਰ ਧੰਨਵਾਦ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਗੁਰੂ ਤੋਂ ਬਾਅਦ ਦੂਸਰਾ ਦਰਜਾ ਆਪ ਸੰਗਤ ਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਪਿਆਰ ਸਤਿਕਾਰ ਸਨਮਾਨ ਦਿੱਤਾ ਪ੍ਰਬੰਧਕ ਜਨਾਂ ਵੱਲੋਂ ਬੜਾ ਸੋਹਣਾ ਉਪਰਾਲਾ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਬੀਤੇ ਤੋਂ ਸਿੱਖਿਆ ਵਰਤਮਾਨ ਵਿੱਚ ਭਵਿੱਖ ਨੂੰ ਸਵਾਰਨ ਦੀ ਕੋਸ਼ਿਸ਼ ਹੋਵੇ ਤੇ ਕੌਮ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਹਮੇਸ਼ਾ ਇਹ ਉਪਰਾਲਾ ਇਹ ਹਰ ਸਾਲ ਸਮਾਗਮ ਰੱਖਿਆ ਜਾਂਦਾ ਹੈ ਸਟੇਜ ਦੀ ਸੇਵਾ ਜਿਨ੍ਹਾਂ ਨੂੰ ਤੁਸਾਂ ਦਿੱਤੀ ਹੈ ਹੈੱਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਪੁਲ ਪੁਖਤਾ ਜਿੱਥੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀਆਂ ਮਹਾਨ ਸੇਵਾਵਾਂ ਨੇ ਭਾਈ ਜਗਦੀਪ ਸਿੰਘ ਜੀ ਅਗਲਾ ਪ੍ਰੋਗਰਾਮ ਆਪ ਸੰਗਤ ਨਾਲ ਸਾਂਝਾ ਕਰਨਗੇ ਜੀ ਸਮੁੱਚੇ ਮੀਡੀਆ ਵਾਲੇ ਵੀਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸਮਾਗਮ ਦੀ ਸਾਰੇ ਦੀ ਕਵਰੇਜ ਕਰਕੇ ਇਸ ਖਜ਼ਾਨੇ ਨੂੰ ਸੰਭਾਲ ਲੈਣਾ ਫਿਰ ਵੀ ਕਿਸੇ ਨੇ ਜਦੋਂ ਵੀ ਵੇਖਣਾ ਹੋਵੇ ਤੇ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਜਿੰਨੇ ਵੀ ਰਾਗੀ ਸਿੰਘ ਹੈ ਜਿੰਨੇ ਵੀ ਢਾਡੀ ਸਿੰਘ ਆਉਣਗੇ ਸਾਰਿਆਂ ਨੂੰ ਦੁਬਾਰਾ ਤੁਸੀਂ ਸੁਣ ਸਕਦੇ ਹੋ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜੀ ਦਾਸ ਫੌਜਾ ਸਿੰਘ ਸਾਗਰ ਡੱਲਾ ਸਾਹਿਬ ਸੁਲਤਾਨਪੁਰ ਲੋਧੀ ਤੋਂ ਜੱਥਾ ਹਾਜ਼ਰ ਹੋਇਆ ਸਾਥੀ ਬੂਟਾ ਸਿੰਘ ਜੀ ਜੰਡਿਆਲਾ ਮੰਜਕੀ ਪਿੰਡ ਸੁੰਨੜ ਕਲਾਂ ਵੀਰ ਸੁਖਚੈਨ ਸਿੰਘ ਜੀ ਕੰਗ ਮਖੂ ਲਾਗੇ ਪਿੰਡ ਪੱਧਰੀ ਅੱਜ ਕੱਲ੍ਹ ਲੋਹੀਆਂ ਰਹਿਸ਼ ਸਰੰਗੀ ਤੇ ਦਾਸ ਦਾ ਛੋਟਾ ਵੀਰ ਜਗਜੀਤ ਸਿੰਘ ਜਗ੍ਹਾ ਯਾਦ ਕਰਿਓ ਜੀ ਫਿਰ ਹਾਜ਼ਰ ਹੋਵਾਂਗੇ ਹੋਈਆਂ ਭੁੱਲਾਂ ਖਿਮਾ ਕਰੋ ਤੇ ਅਸੀਸ ਦਿਓ ਚੜ੍ਹਦੀ ਕਲਾ ਨਾਲ ਫਤਿਹ ਦੀ ਸਾਂਝ ਪਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਸਤਿਕਾਰਯੋਗ ਗਿਆਨੀ ਫੌਜਾ ਸਿੰਘ ਜੀ ਸਾਗਰ ਆਪਣੇ ਢਾਡੀ ਜਥੇ ਦੇ ਸਮੇਤ ਗੁਰੂ ਪਿਆਰ ਵਾਲਿਓ ਜੋ ਗਿਆਨੀ ਫੌਜਾ ਸਿੰਘ ਸਾਗਰ ਜੀ ਹੁਣਾਂ ਨੇ ਗੁਰ ਇਤਿਹਾਸ ਦੇ ਵਿੱਚੋਂ ਜਿਵੇਂ ਮਾਤਾ ਸੁੰਦਰੀ ਜੀ ਗੁਰੂ ਪਿਆਰ ਵਾਲਿਓ ਮਾਤਾ ਸਾਹਿਬ ਕੌਰ ਜੀ ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਹਨਾਂ ਦੇ ਵੱਡਿਆਂ ਨੇ ਸੇਵਾ ਕੀਤੀ ਭਾਈ ਸੈਨਾ ਸਿੰਘ ਰਾਜਪੂਤ ਜੋ ਸਨ ਜਿਹੜਾ ਉਹਨਾਂ ਦੇ ਇਤਿਹਾਸ ਤੋਂ ਆਪਾਂ ਨੂੰ ਜਾਣੂ ਕਰਵਾਇਆ ਹੈ ਇਹ ਗਿਆਨੀ ਜੀ ਹੁਣਾਂ ਦੇ ਹਿੱਸੇ ਵਿੱਚ ਹੀ ਆਇਆ ਇੰਨੀ ਵੱਡੀ ਖੋਜ ਕਰਨੀ ਖੋਜ ਕਰਕੇ ਫਿਰ ਵਾਰਾਂ ਦੇ ਰਾਹੀਂ ਸੰਗਤਾਂ ਦੇ ਸਾਹਮਣੇ ਗੁਰੂ ਇਤਿਹਾਸ ਨੂੰ ਗਾਉਣਾ ਗੁਰੂ ਦੇ ਸੁਰਮਿਆਂ ਦੀਆਂ ਸਿਫਤਾਂ ਸਲਾਹਾਂ ਕਰਨੀਆਂ ਅਤੇ ਜੋ ਖੀਰ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪ੍ਰਤੀ ਇਹਨਾਂ ਨੇ ਬਚਨ ਕੀਤੇ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੌਮ ਨੂੰ ਦਿੱਤੇ ਕਿੰਨੇ ਸਨ ਇਹ ਮੈਂ ਛੋਟੀ ਜਿਹੀ ਬੇਨਤੀ ਕਹਿਣੀ ਚਾਹੁੰਦਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ 70 ਦੇ ਵਿੱਚ 28 ਸਾਲ ਉਮਰ ਸੀ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਿੱਤੇ ਨੇ ਸੰਤ ਬਾਬਾ ਠਾਕੁਰ ਸਿੰਘ ਜੀ ਹੁਣਾਂ ਨੇ ਸੰਨ 1976 ਦੇ ਵਿੱਚ 22 ਅੱਸੂ ਨੂੰ ਬੀੜ ਬਾਬਾ ਬੁੱਢਾ ਸਾਹਿਬ ਦੀ ਧਰਤੀ ਦੇ ਉੱਤੇ ਸੰਤ ਗਿਆਨੀ ਕਰਤਾਰ ਸਿੰਘ ਨੇ ਇਹ ਬਚਨ ਕਹਿ ਦਿੱਤੇ ਸਨ ਜੇ ਮੇਰੇ ਸਰੀਰ ਨੂੰ ਕੁਝ ਹੋ ਗਿਆ ਤੇ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ
ਉਹ ਬਾਬਾ ਠਾਕੁਰ ਸਿੰਘ ਜੀ ਹੋਣਗੇ। ਪਰ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ 1977 ਦੇ ਵਿੱਚ ਪ੍ਰਭਪੁਰ ਨੂੰ ਪਿਆਨਾ ਕਰਦੇ ਨੇ ਤੇ ਉਹ ਜਿਹੜੀ ਜ਼ਿੰਮੇਵਾਰੀ ਸੀ ਬਾਬਾ ਠਾਕੁਰ ਸਿੰਘ ਜੀ ਹੁਣਾਂ ਤੇ ਸੀ। ਬਾਬਾ ਠਾਕੁਰ ਸਿੰਘ ਜੀ ਹੁਣਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਨੂੰ ਬੇਨਤੀ ਕੀਤੀ, ਭਾਈ ਸਾਹਿਬ ਇਸ ਟਕਸਾਲ ਦੇ ਮੁਖੀ ਟਕਸਾਲ ਦੀ ਸੇਵਾ ਤੁਸੀਂ ਸੰਭਾਲੋਗੇ। ਉਹਨਾਂ ਨੇ ਕਿਹਾ, ਮਹਾਂਪੁਰਖੋ ਨਹੀਂ, ਅਜੇ 28 ਸਾਲ ਦੀ ਉਮਰ ਅਜੇ ਬੱਚਾ ਹਾਂ, ਤੁਸੀਂ ਪੂਰਨ ਬ੍ਰਹਮ ਗਿਆਨੀ ਹੋ। ਇਹ ਸੰਤ ਗਿਆਨੀ ਕਰਤਾਰ ਸਿੰਘ ਨੇ 3 ਲੱਖ ਦੇ ਇਕੱਠ ਦੇ ਵਿੱਚ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ, ਇਸ ਕਰਕੇ ਮੈਂ ਨਹੀਂ ਇਹ ਸੇਵਾ ਨਿਭਾ ਸਕਦਾ। ਤੇ ਸੰਤ ਬਾਬਾ ਠਾਕੁਰ ਸਿੰਘ ਜੀ ਹੁਣੀ ਬਾਹਰ ਗਏ, ਆਪਣੇ ਨਾਲ 5 ਸਿੰਘਾਂ ਨੂੰ ਲਿਆ ਤੇ ਉਹਨਾਂ ਦੇ ਅੱਗੇ ਬੇਨਤੀ ਕੀਤੀ, ਤੁਸੀਂ ਗੁਰੂ ਦਾ ਰੂਪ ਜੇ ਤੇ ਸੰਤ ਗਿਆਨੀ ਜਰਨੈਲ ਸਿੰਘ ਨੂੰ ਜਾ ਕੇ ਹੁਕਮ ਕਰ ਦਿਓ ਕਿ ਅੱਜ ਤੋਂ ਬਾਅਦ ਦਾ ਟਕਸਾਲ ਦਾ ਮੁਖੀ ਤੂੰ ਹੈ। ਬਾਬਾ ਠਾਕੁਰ ਸਿੰਘ ਜੀ ਨਾਲ 6 ਮਹੀਨੇ ਦਾ ਸਮਾਂ ਬਤੀਤ ਕੀਤਾ, ਉਹਨਾਂ ਦੇ ਬਿਲਕੁਲ ਨੇੜੇ ਰਹਿ ਕੇ ਜੋ ਬਾਬਾ ਠਾਕੁਰ ਸਿੰਘ ਦਾ ਜੀਵਨ ਸੀ, ਮੇਰਾ ਖਿਆਲ ਹੈ ਕਿ ਸਮੁੱਚੇ ਬ੍ਰਹਿਮੰਡ ਦੀ ਖੋਜ ਕਰ ਲਈਏ, ਐਸੀ ਕੋਈ ਹਸਤੀ ਦੁਨੀਆਂ ਦੇ ਵਿੱਚੋਂ ਨਹੀਂ ਲੱਭ ਸਕਦੀ। ਗੁਰੂ ਪਿਆਰ ਵਾਲਿਓ, ਸੰਤ ਬਾਬਾ ਠਾਕੁਰ ਸਿੰਘ ਜੀ ਹੁਣਾਂ ਨੇ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਏ ਸੰਤ ਗਿਆਨੀ ਜਰਨੈਲ ਸਿੰਘ, ਖਾਲਸਾ ਪਿੰਡਰਾਂ ਵਾਲੇ। ਹੁਣ ਸਾਡੇ ਕੋਲ ਅਤਿ ਸਤਿਕਾਰਯੋਗ ਵੈਰਾਗ ਤੇ ਤਿਆਗ ਦੀ ਮੂਰਤ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੁਲਤਾਨਪੁਰ ਲੋਧੀ ਤੋਂ ਆਏ ਨੇ। ਉਹਨਾਂ ਨੂੰ ਬੇਨਤੀ ਹੈ ਕਿ ਠੀਕ ਉਹ ਮਹਾਂਪੁਰਖ 1 ਵਜੇ ਤੱਕ ਗੁਰੂ ਇਤਿਹਾਸ ਰਾਹੀਂ ਗੁਰੂ ਕੇ ਸ਼ਬਦ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਜਲ ਪਾਣੀ ਛੱਕ ਕੇ, ਪ੍ਰਸ਼ਾਦ ਪਾਣੀ ਛੱਕ ਕੇ ਪੰਡਾਲਾਂ ਦੇ ਵਿੱਚ ਆਣ ਕੇ ਸਜੋ। ਫਿਰ ਬੇਨਤੀ ਕਰਦਿਆਂ, ਜੇ ਸਾਰੇ ਨਗਰ ਦੀ ਸੰਗਤ ਆਣ ਕੇ ਇੱਥੇ ਬੈਠ ਜਾਵੇ, ਦੱਸੋ ਇਹ ਪੰਡਾਲ ਛੋਟਾ ਪਵੇਗਾ ਕਿ ਨਾ? ਜੇ ਆਪਾਂ ਸਾਰੇ ਨਗਰ ਦੀ ਸੰਗਤੀ ਇੱਥੇ ਆ ਜਾਈਏ ਨਾ, ਤੇ ਮੇਰਾ ਖਿਆਲ ਕਿ ਜਿੰਨੀਆਂ ਵੀ ਆ ਗੱਡੀਆਂ ਲੱਗੀਆਂ ਨੇ ਗਾਂਹ ਤੋਂ, ਭਾਵੇਂ 2-4 ਕਿੱਲੇ ਆਪਾਂ ਨੂੰ ਠੇਕੇ 'ਤੇ ਹੀ ਲੈਣੇ ਪੈਣ ਕਿ ਸਾਨੂੰ ਇੱਥੇ ਪਾਰਕਿੰਗ ਕਰਨ ਵਾਸਤੇ ਜਗ੍ਹਾ ਦਿੱਤੀ ਜਾਵੇ, ਪਰ ਪਹਿਲ ਕਰੇਗਾ ਨਗਰ ਤੇ ਫਿਰ ਹੀ ਸੰਗਤ ਬਾਹਰ ਦੀ ਆਵੇਗੀ ਨਾ। ਇਸ ਕਰਕੇ ਗੁਰੂ ਪਿਆਰ ਵਾਲਿਓ, ਸੰਗਤਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਖਾਸ ਕਰਕੇ ਨਗਰ ਨਿਵਾਸੀਆਂ ਦੇ ਅੱਗੇ, ਕਿ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਆਣ ਕੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ, ਗੁਰੂ ਘਰ ਦਾ ਜਸ, ਗੁਰੂ ਘਰ ਦੀ ਮਹਿਮਾ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੋ। ਹੁਣ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੂੰ ਬੇਨਤੀ ਹੈ ਕਿ 1 ਵਜੇ ਤੱਕ ਗੁਰੂ ਸ਼ਬਦ ਰਾਹੀਂ, ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।